ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਮੈਂ ਹਾਂ ਮੋਨੀ ਗਿੱਲ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਅਲੈਕੁਮ ਮੈਂ ਹਾਂ ਕੁਲਦੀਪ ਗਿੱਲ ਤੇ ਅੱਜ ਦੇਖ ਰਹੇ ਹੋ ਤੁਸੀਂ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ ਤੇ ਸਭ ਤੋਂ ਪਹਿਲਾਂ ਤੇ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਸਾਡੇ ਸਪੋਂਸਰ ਨੇ ਇਸ ਪ੍ਰੋਗਰਾਮ ਦੇ ਉਹਨਾਂ ਦਾ ਸ਼ੁਕਰੀਆ ਅਦਾ ਕਰ ਦਈਏ ਉਹ ਹੈਗੇ ਨੇ ਜੀ ਟੇਸਟ ਆਫ ਇੰਡੀਆ ਗੇਨਸਵਿਲ ਇਹਦਾ ਮਤਲਬ ਹੈ ਜੇ ਇੰਡੀਅਨ ਫੂਡ ਖਾਣ ਦਾ ਤੁਹਾਡਾ ਦਿਲ ਕਰੇ ਤੇ ਇੰਡੀਆ ਜਾਣ ਦੀ ਲੋੜ ਨਹੀਂ ਹੈ ਜਸਟ ਗੋ ਟੂ ਟੇਸਟ ਆਫ ਇੰਡੀਆ ਗੇਨਸਵਿਲ ਜੀ ਹਾਂ ਬਹੁਤ ਬਹੁਤ ਸਵਾਦਿਸ਼ਟ ਖਾਣੇ ਤਾਂ ਮਿਲਦੇ ਨੇ ਲੇਕਿਨ ਮੇਰੀ ਜਿਹੜੀ ਫੇਵਰੇਟ ਹੈਗੀ ਉਹਨਾਂ ਦੀ ਮਸਾਲਾ ਚਾਏ ਮਸਟ ਟਰਾਈ ਬਹੁਤ ਸਟਰੋਂਗ ਔਰ ਬਿਲਕੁਲ ਪੰਜਾਬੀ ਸਟਾਈਲ ਮਸਾਲਾ ਚਾਏ ਹੈ ਜਿਹੜੀ ਕਿ ਅਸੀਂ ਇੰਡੀਆ 'ਚ ਕਹਿੰਦੇ ਸੀ ਕਿ ਢਾਬਾ ਸਟਾਈਲ ਚਾਹ ਜਾਂ ਇੱਥੇ ਯੂ ਐੱਸ ਐਸ ਅਸੀਂ ਕਹਿੰਦੇ ਹਾਂ ਕਿ ਟਰੱਕ ਸਟਾਪ ਸਟਾਈਲ ਚਾਹ ਜਿਹਨੂੰ ਕਹਿ ਦਿੱਤਾ ਕਿ ਇੱਕਦਮ ਕੜਕ ਔਰ ਮਸਤ ਸੋ ਲਓ ਜੀ ਕੁਲਦੀਪ ਅੱਜ ਦਾ ਟੋਪਿਕ ਇਸੀ ਕੜਕ ਔਰ ਮਸਤ 'ਤੇ ਸ਼ੁਰੂ ਕਰਦੇ ਹਾਂ ਅੱਜ ਹਮ ਆਪਕੋ ਇੱਕ ਸਫ਼ਰ ਪੇ ਲੈ ਕੇ ਚਲਤੇ ਹੈਂ ਓ ਅੱਛਾ ਕੁਛ ਨਵਾਂ ਦੇਖ ਰਹੇ ਹੋ ਅੱਜ ਹਿੰਦੀ ਵੀ ਉਤਰੀ ਹੈ ਕਿਉਂਕਿ ਹਮ ਹਿੰਦੁਸਤਾਨ ਸੇ ਹੈ ਜੀ ਭਾਰਤ ਭਾਰਤ ਦੇਸ਼ ਮਹਾਨ ਵਹਾਂ ਬਹੁਤ ਬਹੁਤ ਕਿਸਮ ਕੇ ਲੋਕ ਰਹਿਤੇ ਹੈ ਆਜ ਜਿਸ ਸਫ਼ਰ ਪੇ ਹਮ ਚਲਨੇ ਵਾਲੇ ਹੈ ਉਸ ਸਫ਼ਰ ਪੇ ਆਪ ਲੋਕ ਸਭ ਵੀ ਕਭੀ ਨਾ ਕਭੀ ਕਹੀਂ ਨਾ ਕਹੀਂ ਚਲੇ ਹੈ ਯੂ ਨੋ ਵਟ ਪੰਜਾਬੀ 'ਚ ਚੱਲਣੇ ਹਾਂ ਆਪਾਂ ਵਾਪਸ ਅੱਜ ਜਿਹੜੇ ਸਫ਼ਰ 'ਤੇ ਚੱਲ ਰਹੇ ਹਾਂ ਆਪਾਂ ਚੱਲ ਰਹੇ ਬੋਂਬੇ ਟੂ ਪੰਜਾਬ ਜੀ ਹਾਂ ਕਿਉਂਕਿ ਸਾਡੇ ਬਹੁਤ ਸਾਰੇ ਫਰੈਂਡਸ ਨੇ ਜਿਨ੍ਹਾਂ ਰਿਕੁਐਸਟ ਕੀਤੀ ਕਿ ਅਸੀਂ ਹਿੰਦੀ ਵੀ ਬੋਲਿਆ ਕਰੀਏ ਲੇਕਿਨ ਗਾਇਸ ਵੀ ਆਰ ਟ੍ਰਾਇੰਗ ਆਰ ਲੈਵਲ ਬੈਸਟ ਕਿ ਦੋਨੋਂ ਲੈਂਗੁਏਜ ਇੱਕ ਜੈਸੀ ਹੈ ਅਗਰ ਥੋੜ੍ਹੀ ਸੀ ਕੋਸ਼ਿਸ਼ ਕਰੋਗੇ ਤਾਂ ਆਪਕੋ ਸਮਝ ਮੇ ਆਨੀ ਸ਼ੁਰੂ ਹੋ ਜਾਏਗੀ ਔਰ ਪੰਜਾਬੀ ਗੱਲ ਕਰਨ 'ਚ ਨਾ ਕੰਫਰਟ ਜ਼ਿਆਦਾ ਫੀਲ ਹੁੰਦਾ ਕੰਫਰਟ ਐਂਡ ਰੋਬ ਐਂਡ ਪ੍ਰਭਾਵ ਲੱਗਦਾ ਐਂ ਲੱਗਦਾ ਕਿ ਮੈਂ ਕੁਝ ਕਹਿ ਰਿਹਾ ਯੂ ਨੋ ਜੈਸੇ ਆਪ ਚਾਏ ਲੈ ਕੇ ਆਏ ਚਾਹ ਲੈ ਕੇ ਆ ਉਹ ਆਪਣੀ ਹੱਥ 'ਤੇ ਥੋੜ੍ਹਾ ਜ਼ਿਆਦਾ ਲੱਗਦੀ ਹੈ ਸਾਨੂੰ ਇੱਦਾਂ ਫੀਲ ਹੁੰਦਾ ਹੈ ਲੇਕਿਨ ਇਹ ਥੋੜ੍ਹੀ ਜਿਹੀ ਕਰਖਤ ਲੈਂਗੁਏਜ ਵੀ ਹੈਗੀ ਆਈ ਨੋ ਆਈ ਨੋ ਯੂ ਨੋ ਜਿਹੜੀ ਸੌਫਟ ਐਂਡ ਰੋਮਾਂਟਿਕ ਲੈਂਗੁਏਜਸ ਨੇ ਉਹ ਸਭ ਤੋਂ ਪਹਿਲਾਂ ਤੇ ਉਰਦੂ ਹੈ ਐਂਡ ਦੈਨ ਯਾ ਬੰਗਾਲੀ ਪਰ ਸਮਝ ਨਹੀਂ ਆਉਂਦੀ ਨਾ ਸਾਨੂੰ ਤਾਂ ਬਿਲਕੁਲ ਹੀ ਨਹੀਂ ਆਉਂਦੀ ਚਲੋ ਆਪਾਂ ਇਹ ਗੱਲ ਕਰ ਰਹੇ ਸੀ ਉਰਦੂ ਹੈ ਜਾਂ ਹਿੰਦੀ ਹੈ ਆਪਾਂ ਜਿਸ ਸਫ਼ਰ 'ਚ ਜਾ ਰਹੇ ਹਾਂ ਆਪਾਂ ਸਾਰੇ ਉਸ ਸਫ਼ਰ 'ਚ ਕਦੀ ਨਾ ਕਦੀ ਅਸੀਂ ਟਰੈਵਲ ਕੀਤਾ ਅਸੀਂ ਗੱਲ ਕਰ ਰਹੇ ਹਾਂ ਇੰਡੀਅਨ ਰੇਲਵੇ ਜੀ ਟ੍ਰੇਨ 'ਚ ਕਈਆਂ ਨਾਲ ਬੜੇ ਹਾਦਸੇ ਹੋਏ ਹੋਣੇ ਕਈਆਂ ਨੂੰ ਅੱਛੀਆਂ ਯਾਦਾਂ ਨੇ ਕਈਆਂ ਦੀਆਂ ਬੁਰੀਆਂ ਯਾਦਾਂ ਹੋਣਗੀਆਂ ਸੋ ਅਗਰ ਤੁਸੀਂ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 216-800-6988 216-800-6988 ਲਾਸਟ ਨੰਬਰ ਤੁਹਾਨੂੰ ਜੇ ਨਾ ਯਾਦ ਰਵੇ ਤਾਂ ਮਾਈ ਟੀਵੀ 216-800-MYTV ਸੋ ਮਾਈ ਟੀਵੀ ਦਾ ਉਪਰਾਲਾ ਹੈਗਾ ਇੱਕ ਕਿ ਅਸੀਂ ਇੱਕ ਦੂਜੇ ਨਾਲ ਸਾਂਝ ਪਾਈਏ ਇੱਕ ਐਸਾ ਟੋਪਿਕ ਲੈ ਕੇ ਆਈਏ ਜਿਹੜੇ ਕਿ ਟ੍ਰੇਨ ਐਸੀ ਚੀਜ਼ ਹੈ ਜਿਹ 'ਚ ਅਸੀਂ ਬਚਪਨ 'ਚ ਅਸੀਂ ਕਿ ਸਾਰਿਆਂ ਨੇ ਟਰੈਵਲ ਕੀਤਾ ਚਾਹੇ ਬਚਪਨ ਹੋਵੇ ਕਈ ਤਾਂ ਹਲੇ ਵੀ ਟਰੈਵਲ ਕਰਦੇ ਨੇ ਅਸੀਂ ਯੂ ਐੱਸ ਏ ਦੇ ਵਿੱਚ ਹਾਂ ਔਰ ਯੂ ਐੱਸ ਏ ਦੇ ਵਿੱਚ ਵੀ ਅਸੀਂ ਟ੍ਰੇਨ ਟਰੈਵਲ ਕੀਤੀ ਹੈ ਹਾਂ ਇਹ ਗੱਲ ਅਲੱਗ ਹੈ ਕਿ ਧੱਕੇ ਮੁੱਕੇ ਨਹੀਂ ਪਏ ਲੇਕਿਨ ਬੜੀ ਕੁਆਇਟ ਮੈਂ ਦੱਸਾਂ ਕਿ ਜਿਹੜੀ ਇੰਡੀਆ ਦੀ ਟ੍ਰੇਨ ਹੈ ਨਾ ਖਾਸ ਕਰਕੇ ਸਪੋਜ਼ ਜਿਵੇਂ ਮੈਂ ਕਹਿ ਰਿਹਾ ਕਿ ਅਸੀਂ ਬੋਂਬੇ ਟੂ ਪੰਜਾਬ ਜਾ ਰਹੇ ਹਾਂ ਹੁਣ ਬੋਂਬੇ ਤੋਂ ਜਦੋਂ ਟ੍ਰੇਨ ਛੁੱਟਦੀ ਹੈ ਪਹਿਲਾਂ ਗੁਜਰਾਤ ਆਉਂਦਾ ਹੈ ਗੁਜਰਾਤ ਤੋਂ ਟ੍ਰੇਨ ਵਾਇਆ ਹੁੰਦੀ ਹੈ ਰਾਜਸਥਾਨ ਰਾਜਸਥਾਨ 'ਚ ਯੂਪੀ 'ਚ ਜਾਂਦੀ ਯੂਪੀ 'ਤੇ ਹੁੰਦੇ ਦਿੱਲੀ ਆਉਂਦੀ ਦਿੱਲੀ ਤੋਂ ਜਾ ਕੇ ਆਉਂਦੀ ਹੈ ਹਰਿਆਣਾ ਔਰ ਫਿਰ ਪੰਜਾਬ 'ਚ ਐਂਟਰ ਕਰਦੀ ਹੈ ਰੀਜ਼ਨ ਔਰ ਜਿੰਨੇ ਜਿੰਨੇ ਸਟੇਸ਼ਨ ਨੇ ਨਾ ਔਰ ਜਿੰਨੇ ਟ੍ਰੇਨ 'ਚ ਤੁਸੀਂ ਦੇਖੋ ਹਰ ਕਿਸਮ ਦਾ ਲੋਕ ਹੈ ਜੇ ਸੂਰਤ ਜਾਓ ਤੁਹਾਨੂੰ ਢੋਕਲਾ ਮਿਲੇਗਾ ਯੂ ਨੋ ਬੜਾ ਕੁਛ ਚੇਂਜ ਈਵਨ ਕਿ ਜਿਹੜੇ ਬੱਚੇ ਗਾਣੇ ਗਾਉਂਦੇ ਨੇ ਟ੍ਰੇਨਾਂ ਦੇ ਵਿੱਚ ਉਹ ਵੀ ਚੇਂਜ ਹੋ ਜਾਂਦੇ ਨੇ ਸੋ ਤੁਹਾਨੂੰ ਕੋਈ ਟ੍ਰੇਨ ਦਾ ਕੋਈ ਐਸਾ ਹਾਦਸਾ ਜਾਂ ਅੱਛੀ ਗੱਲ ਜਾਂ ਬੁਰੀ ਗੱਲ ਕੁਲਦੀਪ ਬਹੁਤ ਸਾਰੇ ਹਾਦਸੇ ਨੇ ਸਭ ਤੋਂ ਪਹਿਲਾਂ ਮੈਂ ਕੱਚਾ ਹਾਦਸਾ ਦੱਸਣਾ ਚਾਹਾਂਗੀ ਕਿ ਟ੍ਰੇਲ ਜਿਹੜੀ ਸਿਸਟਮ ਹੈਗੀ ਆ ਉਹਦੇ ਨਾਲ ਇੱਕ ਤਾਂ ਸਾਡੀ ਡੈਸਟੀਨੇਸ਼ਨ ਬਹੁਤ ਜਲਦ ਸਾਨੂੰ ਮਿਲਣ ਲੱਗ ਪਈ ਰੋਡ ਦੀ ਟ੍ਰੈਫਿਕ ਘੱਟ ਹੋਣ ਲੱਗ ਪਈ ਔਰ ਅੱਛੀ ਚੀਜ਼ ਕੀ ਹੁੰਦੀ ਸੀ ਉਹਦੇ ਵਿੱਚ ਅਸੀਂ ਤੁਰ ਫਿਰ ਸਕਦੇ ਸੀਗੇ ਬਾਥਰੂਮ ਫੈਸਿਲਿਟੀ ਸੀਗੀਆਂ ਇੰਡੀਆ ਦੇ ਵਿੱਚ ਤਾਂ ਵੈਸੇ ਹੀ ਬਾਥਰੂਮਸ ਕਈ ਐਸੇ ਲੋਕ ਨੇ ਜਿਨ੍ਹਾਂ ਦੇ ਘਰ ਬਾਥਰੂਮਸ ਨਹੀਂ ਹੋਇਆ ਕਰਦੇ ਸੀ ਆਮ ਟਾਕਿੰਗ ਅਬਾਊਟ ਕਪਲ ਈਅਰਸ ਮੈਂ ਪੁਰਾਣੇ ਜ਼ਮਾਨੇ ਦੀ ਗੱਲ ਕਰ ਰਹੀ ਹਾਂ ਉੱਥੇ ਆ ਰਹੀ ਹਾਂ ਮੈਂ ਕਿਉਂਕਿ ਆਪਾਂ ਟ੍ਰੇਨ ਹੁਣ ਤੋਂ ਨਹੀਂ ਸ਼ੁਰੂ ਕਰ ਰਹੇ ਆਪਾਂ ਟ੍ਰੇਨ ਬੜੀ ਦੂਰ ਤੋਂ ਸ਼ੁਰੂ ਕਰ ਰਹੇ ਜਿੱਥੋਂ ਟ੍ਰੇਨ ਸ਼ੁਰੂ ਹੋਈ ਹੈ ਅਤੇ ਲਓ ਜੀ ਕਈ ਲੋਕ ਤਾਂ ਸਿਰਫ ਔਰ ਸਿਰਫ ਟ੍ਰੇਨ ਪਿੱਛੇ ਜੇ ਇੱਕ ਮੈਂ ਮੂਵੀ ਦੇਖੀ ਜਿਹ 'ਚ ਕਿ ਅਜੇ ਨਹੀਂ ਸੀ ਅਕਸ਼ੈ ਕੁਮਾਰ ਅਤੇ ਐਕਟਰੈਸ ਦਾ ਮੈਨੂੰ ਨਾਮ ਨਹੀਂ ਪਤਾ ਨਵੀਂ ਐਕਟਰੈਸ ਹੈਗੀ ਹੈ ਮੂਵੀ ਦਾ ਨਾਂ ਸੀਗਾ ਟੋਇਲਟ ਟੋਇਲਟ ਅਤੇ ਉਹਦੇ ਵਿੱਚ ਜੇ ਉਹ ਸਿਰਫ ਸਿਰਫ ਟ੍ਰੇਨ ਦਾ ਵੇਟ ਕਰਦੇ ਨੇ ਕਿ ਬਾਥਰੂਮ ਜਾ ਸਕੇ ਇਹ ਗੱਲ ਬਿਲਕੁਲ ਸੱਚ ਹੈ ਸੱਚ ਸਟੋਰੀ ਦੇ ਉੱਤੇ ਹੈ ਕਿ ਉਹ ਉਸ ਸਟਾਪ ਦੇ ਉੱਤੇ 5 ਮਿੰਟ ਟ੍ਰੇਨ ਰੁਕਦੀ ਹੁੰਦੀ ਸੀ ਅਤੇ ਉਹ ਆਪਣੀ ਘਰ ਦੀ ਮਹਿਲਾਵਾਂ ਨੂੰ ਉਹ ਸਟਾਪ 'ਤੇ ਲੈ ਕੇ ਆਉਂਦੇ ਸੀ ਕਿ ਉਹ 5 ਮਿੰਟ ਉਹ ਬਾਥਰੂਮ ਦੀ ਟ੍ਰੇਨ ਦੇ ਉੱਤੇ ਆਪਣਾ ਕੰਮ ਕਰ ਸਕਣ ਲੇਕਿਨ ਯੂ ਵਿਲ ਨਾਟ ਬੀ ਸਰਪ੍ਰਾਈਜ਼ ਕਿ ਕਈ ਵਾਰੀ ਟ੍ਰੇਨ ਦੇ ਐਸੇ ਬਾਥਰੂਮ ਖੋਲੋ ਤੇ ਜਿਹੜੇ ਬਗੈਰ ਟਿਕਟੇ ਲੋਕ ਹੁੰਦੇ ਨੇ ਅੰਦਰ ਬੈਠੇ ਹੁੰਦੇ ਨੇ ਯਾ ਸੋ ਹਾਂਜੀ ਹੁਣ ਮੈਂ ਆਉਂਦੀ ਹਾਂ ਮੇਰੇ 'ਤੇ ਕਿ ਸਾਡੀ ਟ੍ਰੇਨ ਦੀ ਜਰਨੀ ਕੈਸੀ ਰਹੀ ਹੈ ਬਹੁਤ ਅੱਛੀ ਰਹੀ ਹੈ ਮੈਂ ਹੁਣ ਅਗਰ ਸੋਚਦੀ ਹਾਂ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਪੋਸੀਬਲ ਨਹੀਂ ਹੈ ਵਾਪਸ ਉਹ ਟ੍ਰੇਨ ਜਰਨੀ ਵਾਪਸ ਉਸ ਤਰ੍ਹਾਂ ਦੀ ਲੈਣੀ ਨਹੀਂ ਹੈ ਪੋਸੀਬਲ ਅਗਰ ਉੱਥੇ ਅੱਛੀ ਟ੍ਰੇਨ ਨਹੀਂ ਅਸੀਂ ਕੀ ਸੀ ਅਸੀਂ ਮੇਰੀ ਮੰਮੀ ਔਰ ਉਹਨਾਂ ਦੀ ਸਿਸਟਰ ਔਰ ਉਹਨਾਂ ਦੇ ਨਾਲ ਉਹਨਾਂ ਦੀ ਭਰਜਾਈ ਅਤੇ 6 ਬੱਚੇ ਅਸੀਂ 3 ਬੱਚੇ ਭਰਜਾਈ ਦੇ ਅਤੇ 3 ਬੱਚੇ ਅੱਗੋਂ ਮੇਰੀ ਮਾਸੀ ਦੇ ਕਿੰਨੇ
3 ਵਜੇ ਸੋ 6 ਤੇ 6 9 6 ਤੇ 6 12 ਤੇ 12 ਜਾਣੇ ਅਸੀਂ ਜੀ ਟ੍ਰੇਨ 'ਚ ਅਸੀਂ ਕੁਲੀਆਂ ਦੇ ਸਮਾਨ ਚੱਕਿਆ ਹੋਇਆ ਸਾਡਾ ਅਸੀਂ ਜਾ ਰਹੇ ਸੀ ਪੰਜਾਬ ਸੰਗਰੂਰ ਜਿੱਥੇ ਸਾਡਾ ਪਿੰਡ ਹੈ ਅਤੇ ਸਮਾਨ ਵੀ ਸੁੱਖ ਨਾਲ ਜਿੰਨੇ ਬੱਚੇ ਨੇ ਔਰ ਇੰਨੀ ਫੈਮਿਲੀ ਅਤੇ ਸਮਾਨ ਵੀ ਸੁੱਖ ਨਾਲ ਬਹੁਤ ਸਾਰਾ ਸੀਗਾ ਅਤੇ ਮੰਮੀਆਂ ਨੇ ਸਾਨੂੰ ਕਿਹਾ ਕਿ ਜੇ ਤੁਸੀਂ ਕੁੜੀ ਦੇ ਪਿੱਛੇ ਰਹਿਣਾ ਕਿ ਸਮਾਨ ਲੈ ਕੇ ਖਿਸਕ ਨਾ ਜਾਵੇ ਜੀ ਇੱਕ ਇੱਕ ਬੱਚਾ ਇੱਕ ਇੱਕ ਕੁੜੀ ਦੇ ਮਗਰ ਲੱਗ ਗਿਆ ਕੁਲੀਆਂ ਨੇ ਅਸੀਂ ਦੱਸਿਆ ਜੀ ਅਸੀਂ ਆਹ ਟ੍ਰੇਨ 'ਤੇ ਜਾਣਾ ਜਿਹੜੀ ਪੰਜਾਬ ਜਾਂਦੀ ਹੈ ਅਤੇ ਉਹਨਾਂ ਨੇ ਜੋ ਦੇ ਆਰ ਵੈਰੀ ਸਮਾਰਟ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਨੇ ਕਿਵੇਂ ਸਪੀਡ ਦੇ ਨਾਲ ਸਮਾਨ ਪਹੁੰਚਾਉਣਾ ਔਰ ਕਿਵੇਂ ਉਹਨਾਂ ਨੇ ਨਿਕਲਣਾ ਟੈਚੀ ਦੇ ਉੱਤੇ ਟੈਚੀ 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 ਦੇ ਉੱਤੇ ਟੈਚੀ ਇੰਨਾ ਸਮਾਨ ਲੈ ਕੇ ਕਈ ਵਾਰੀ ਉਹਨਾਂ ਨੇ ਨਾ ਇੱਕੋ ਟ੍ਰੇਨ 'ਚ ਦੋ ਤੋਂ ਪੈਸੰਜਰ ਵੀ ਚੜਾਉਣੇ ਹੁੰਦੇ ਨੇ ਸੋ ਦੇ ਨੋ ਐਗਜੈਕਟਲੀ ਵੈਲ ਇਹ ਤਾਂ ਸਾਡੇ ਨਾਲ ਨਹੀਂ ਹੋਇਆ ਸੋ ਲਓ ਜੀ ਤਿਵੇਂ ਤਿਵੇਂ ਕਰਕੇ ਅਸੀਂ ਜੀ ਟ੍ਰੇਨ 'ਤੇ ਅਸੀਂ ਉਹਨੇ ਭਾਈ ਨੇ ਸਮਾਨ ਰੱਖਿਆ ਕੁਲੀ ਨੇ ਔਰ ਕਿਹਾ ਕਿ ਗਾਏ ਜਦੋਂ ਬੱਚੋ ਬੈਠੋ ਅੰਦਰ ਬੈਠੋ ਅਸੀਂ ਬੈਠ ਗਏ ਅਤੇ ਅਸੀਂ ਵੇਟ ਕਰ ਰਹੇ ਹੁਣ ਸਾਡੀ ਮੰਮੀ ਆਣ ਗਈਆਂ ਅਤੇ ਉਹ ਚਲੀ ਗਈਆਂ ਤਿੰਨੋਂ ਜਾਣੀਆਂ ਕਿਆ ਸਮਾਰਟ ਨਾ ਤਿੰਨੋਂ ਅਡਲਟ ਟਿਕਟ ਲੈਣ ਚਲੀ ਗਈਆਂ ਸਮਾਰਟ ਬੱਚੇ ਇਕੱਲੇ ਟ੍ਰੇਨ 'ਤੇ 12 ਬੱਚੇ ਇਕੱਲੇ ਟ੍ਰੇਨ 'ਤੇ ਅਤੇ ਸਾਡੀ ਮੈਂ ਤਾਂ ਬਹੁਤ ਛੋਟੀ ਸੀਗੀ ਪਰ ਸਿਰਫ ਬਹੁਤ ਥੋੜ੍ਹੀ ਥੋੜ੍ਹੀ ਮੈਮਰੀਜ਼ ਯਾਦ ਨੇ ਉਸ ਕਿੱਸੇ ਦੀ ਕਿਉਂਕਿ ਜਦੋਂ ਸਿਸਟਰ ਸੁਣਾਉਂਦੀ ਹੈ ਅਤੇ ਉਹ ਫਿਰ ਤਾਜ਼ਾ ਰਹਿੰਦੀ ਹੈ ਉਹ ਯਾਦ ਅਤੇ ਵੱਡੀ ਸਿਸਟਰ ਦੇ ਕੋਲ ਇੱਕ ਗੋਦੀ ਚੱਕੇ ਹੋਏ ਮਾਸੀ ਦੇ ਬੱਚੇ ਕਿਉਂਕਿ ਛੋਟੇ ਸੀਗੇ ਅਤੇ ਅਸੀਂ ਵੇਟ ਕਰ ਰਹੇ ਮੰਮੀ ਆ ਰਹੀ ਆ ਮੰਮੀ ਆ ਰਹੀ ਆ ਮੰਮੀ ਆ ਰਹੀ ਆ ਅਤੇ ਇਹਨੇ 'ਚ ਟ੍ਰੇਨ ਹੌਲੀ ਹੌਲੀ ਪਿਕਅਪ ਹੋਣੀ ਸ਼ੁਰੂ ਹੋ ਗਈ ਅਤੇ ਅਸੀਂ ਰੋਲਾ ਪਾਉਣਾ ਸ਼ੁਰੂ ਕਰਤਾ ਅਰੇ ਮੰਮੀ ਰਹਿ ਗਈ ਹਮਾਰੀ ਨੀਚੇ ਟ੍ਰੇਨ ਰੋਕੋ ਹਮਾਰੀ ਮੰਮੀ ਨੀਚੇ ਰਹਿ ਗਈ ਖਿੱਚਣ ਨਹੀਂ ਦਿੱਤੀ ਕਹਿੰਦੇ ਕਿ ਇਸ ਕੀ ਪੈਨਲਟੀ ਪੜੇਗੀ ਕਿਉਂਕਿ ਛੋਟੇ ਵੀ ਸੀਗੇ ਸਾਡੇ ਹੱਥ ਉੱਥੇ ਨਹੀਂ ਰੀਚ ਕਰ ਸਕਦੇ ਸੀ ਆਫਕੋਰਸ ਅਤੇ ਅਸੀਂ ਰੋਲਾ ਪਾਇਆ ਅਤੇ ਜਿਹੜੇ ਨਾਲ ਸਿੱਟਾਂ ਵਾਲੇ ਸੀਗੇ ਅਤੇ ਉਹ ਵੀ ਰੋਲਾ ਪਾਉਣ ਅਰੇ ਰੋਕੋ ਬਈ ਇਨਕੀ ਮੰਮੀ ਕੌਣ ਸੀ ਹੈ ਬੱਚੋ ਲਟਕ ਕੇ ਬੂਹੇ ਦੇ ਵਿੱਚੋਂ ਇਨਕੀ ਮੰਮੀ ਕੌਣ ਸੀ ਆਪਣੇ ਬੱਚੋ ਉਹ ਪਕੜੋ ਆਪਣੇ ਬੱਚੇ ਟ੍ਰੇਨ ਮੇ ਹੈ ਦਿੱਲੀ ਦੀ ਨਿਊ ਡੈਲੀ ਅਤੇ ਇਹ ਪੁਰਾਣੀ ਦਿੱਲੀ ਤੋਂ ਟ੍ਰੇਨ ਚੱਲਦੀ ਸੀ ਔਰ ਉਹ ਪੁਰਾਣੀ ਦਿੱਲੀ ਵਨ ਆਫ ਦੀ ਕਰਾਊਡੈਸਟ ਪਲੇਸ ਮੈਂ ਕਹਾਂਗੀ ਇੰਨੀ ਭਰੀ ਹੋਈ ਰਹਿੰਦੀ ਹੈ ਟ੍ਰੇਨ ਮੈਂ ਬੜੀ ਬਚਪਨ ਦੀ ਗੱਲ ਕਰ ਰਹੀ ਹਾਂ ਅਬਾਊਟ 35 ਆਲਮੋਸਟ 35-40 ਈਅਰਸ ਅਗੋ ਦੀ ਗੱਲ ਹੈ ਅਤੇ ਜੀ ਉਦੋਂ ਟ੍ਰੇਨ ਚੱਲ ਪਈ ਅਸੀਂ ਤਾਂ ਸਿਆਪੇ ਪਾਉਣੇ ਸ਼ੁਰੂ ਕਰਦੇ ਅਤੇ ਸਾਰੇ ਬੱਚਿਆਂ ਨੇ ਕਿ ਮਾਂ ਤੋਂ ਬਿਨਾਂ ਕਿਵੇਂ ਅਸੀਂ ਕਿੱਥੇ ਪਹੁੰਚਾਂਗੇ ਕੀ ਕਰਾਂਗੇ ਕੀ ਨਹੀਂ ਕਰਾਂਗੇ ਟ੍ਰੇਨ ਚੱਲ ਪਈ ਅਤੇ ਸਾਨੂੰ ਤਿਵੇਂ ਤਿਵੇਂ ਕਰਕੇ ਵਿਚਾਰੇ ਜਿਹੜੇ ਪੈਸੰਜਰ ਬੈਠੇ ਹੋਏ ਪੂਰੀ ਭਰੀ ਹੋਈ ਖਚਾਖਚ ਭਰੀ ਹੋਈ ਟ੍ਰੇਨ ਉਹਨਾਂ ਨੇ ਕਿਹਾ ਜੀ ਬੱਚੇ ਚੁੱਪ ਕਰ ਜਾਓ ਅਗਲੇ ਸਟੇਸ਼ਨ 'ਤੇ ਉਧਰ ਜਾਣਾ ਤੁਹਾਡੀ ਮੰਮੀ ਆ ਜਾਏਗੀ ਅਗਲਾ ਸਟੇਸ਼ਨ ਆਇਆ ਜੀ ਘੰਟੇ ਡੇਢ ਘੰਟੇ ਬਾਅਦ ਆਇਆ ਅਤੇ ਅਸੀਂ ਦੇਖਿਆ ਸਾਡੀ ਮਾਂ ਨਹੀਂ ਹੈਗੀ ਅਸੀਂ ਤਾਂ ਹੋਰ ਰੋਣਾ ਸ਼ੁਰੂ ਜਿਹੜੇ ਬੱਚੇ ਸੀ ਮਾਸੀਆਂ ਦੇ ਉਹ ਨਿੱਕੇ ਨਿੱਕੇ ਬੱਚੇ ਉਹਨਾਂ ਤੋਂ ਰੋ ਰੋ ਕੇ ਉਹਨਾਂ ਨੇ ਨਲੀਆਂ ਵਿੱਚ ਆਉਣ ਨੱਕ ਵਿੱਚ ਆਉਣ ਅੱਥੂ ਪੂੰਝੀਏ ਕੀ ਭਰੇ ਉਸ ਪੁਰਾਣੇ ਜ਼ਮਾਨੇ 'ਚ ਤਾਂ ਨੈਪਕਿਨ ਵੀ ਨਹੀਂ ਹੋਇਆ ਕਰਦੇ ਸੀ ਆਪਣੀ ਫਰਾਕ ਦੇ ਨਾਲ ਆਪਣਾ ਹੀ ਨੱਕ ਪੂੰਝਣਾ ਅਤੇ ਆਸੂ ਪੂੰਝਣੇ ਅਤੇ ਲਓ ਜੀ ਅਸੀਂ ਹੁਣ ਸਾਰੇ ਵਿਚਾਰੇ ਪੈਸੰਜਰ ਵੀ ਹੈਰਾਨ ਕਿ ਅਰੇ ਹੁਣ 12 ਬੱਚੇ ਇਹਨਾਂ ਨੂੰ ਐਡਜਸਟ ਵੀ ਕਿੱਥੇ ਕਰੀਏ ਕੋਈ ਪੰਜਾਬੀ ਨਹੀਂ ਸੀ ਵਿੱਚ ਨਹੀਂ ਸਾਨੂੰ ਹਿੰਦੀ ਬਹੁਤ ਅੱਛੀ ਦਿੱਲੀ ਦੇ ਬੱਚੇ ਸੀ ਨਾ ਸਾਰੇ ਵੀ ਸਪੀਕ ਵੈਰੀ ਗੁੱਡ ਹਿੰਦੀ ਅਤੇ ਉਹ ਕਹਿਣ ਜੀ ਕੋਈ ਪੁੱਛੇ ਕਿੱਧਰ ਸੇ ਹੋ ਕੈਸੇ ਹੋ ਫਲਾਨ ਹੋ ਯੇ ਹੋ ਅਤੇ ਸਾਡੀ ਵੱਡੀ ਸਿਸਟਰ ਸਾਨੂੰ ਝਾੜੇ ਵੀ ਇੱਕ ਵਿਚਾਰੀ ਵਿੱਚੋਂ ਵੱਡੀ ਪਿੰਕੀ ਬਾਕੀ ਸਾਰਿਆਂ ਨੂੰ ਕਿ ਕਿਸੇ ਸਟ੍ਰੇਂਜਰਸ ਨਾਲ ਗੱਲ ਨਹੀਂ ਕਰਨੀ ਅਜਨਬੀ ਨਾਲ ਗੱਲ ਨਹੀਂ ਕਰਨੀ ਉਹ ਬਾਰ ਬਾਰ ਸਾਨੂੰ ਝਾੜੇ ਅਤੇ ਇੰਨੇ 'ਚ ਜੀ ਹੁਣ ਭੁੱਖ ਵੀ ਲੱਗੀ ਭੁੱਖ ਲੱਗੀ ਅਤੇ ਅਸੀਂ ਇੱਕ ਦੂਜੇ ਦਾ ਮੂੰਹ ਦੇਖੀਏ ਕਿ ਪੈਸੇ ਕਿਸੇ ਕੋਲ ਨਾ ਅਤੇ ਉਹ ਵਿਚਾਰੇ ਆਪਣੇ ਆਪਣੀ ਰੋਟੀਆਂ ਕੋਈ ਪੂੜੀ ਖੋਲ੍ਹੇ ਕੋਈ ਛੋਲੇ ਖੋਲ੍ਹੇ ਕੋਈ ਪਰਾਂਠੇ ਖੋਲ੍ਹੇ ਅਚਾਰ ਦੇ ਨਾਲ ਅਤੇ ਖੁਸ਼ਬੂ ਨਾਲ ਸਾਡੇ ਵੈਸੇ ਇਹ ਸਾਡੇ ਦੇਸ਼ ਦੀ ਇੱਕ ਅੱਛੀ ਗੱਲ ਹੈ ਕਿ ਜਿੰਨੇ ਤਰੀਕੇ ਦੇ ਲੋਕ ਨੇ ਉਨੇ ਤਰੀਕੇ ਦੇ ਪਕਵਾਨ ਖਾਣੇ ਨੇ ਅਤੇ ਸਾਡੇ ਕੋਈ ਪਕੌੜੇ ਲੈ ਕੇ ਆਇਆ ਕੋਈ ਸਾਡੇ ਢਿੱਡ 'ਚ ਕਹਿੰਦੇ ਨਾ ਪਹਿਲਾਂ ਤਾਂ ਬੈਠਣ ਨੂੰ ਜਗ੍ਹਾ ਨਹੀਂ ਸੀ ਫੂਡ ਤੋਂ ਪਹਿਲਾਂ ਤਾਂ ਪੰਗਾ ਹੈ ਕਿ ਅਸੀਂ ਖੜ੍ਹੇ ਕਦੀ ਇੱਧਰ ਨੂੰ ਹਿੱਲੀਏ ਕਦੀ ਇੱਧਰ ਨੂੰ ਹਿੱਲੀਏ ਟ੍ਰੇਨ ਜਦੋਂ ਛੁੱਕ ਕਰਕੇ ਚੱਲਦੀ ਸੀ ਅਤੇ ਇੰਨੇ 'ਚ ਵਿਚਾਰਿਆਂ ਨੇ ਇੱਕ ਜਨਾਨੀ ਨੇ ਆਪਣੀ ਚਾਦਰ ਕੱਢੀ ਸਮਾਨ ਦੇ ਵਿੱਚੋਂ ਉਹਨੇ ਚਾਦਰ ਜ਼ਮੀਨ 'ਤੇ ਵਿਛਾਈ ਅਤੇ ਅਸੀਂ ਫਲੋਰ ਦੇ ਉੱਤੇ 12 ਦੇ 12 ਬੱਚੇ ਜਿਵੇਂ ਗੁਰਦੁਆਰੇ 'ਚ ਪੰਗਤ ਲਾ ਕੇ ਬੈਠੀ ਰਹੇ ਅੱਧਿਆਂ ਦਾ ਮੂੰਹ ਇੱਧਰ ਅੱਧਿਆਂ ਦਾ ਮੂੰਹ ਇੱਧਰ ਕਿਉਂਕਿ ਫਿੱਟ 12 ਜਾਣੇ ਕਿੱਦਾਂ ਹੋਈਏ ਇੱਕ ਦੋ ਜਾਣੇ ਹੋਣ ਅਤੇ ਸੀਟਾਂ 'ਤੇ ਫਿੱਟ ਆ ਜਾਣ 12 ਜਾਣੇ ਕਿੱਦਾਂ ਫਿੱਟ ਆਣ ਅਤੇ ਉਹਨਾਂ ਨੇ ਜੀ ਇੰਝ ਵਿਛਾਇਆ ਅਤੇ 3 ਦੇ ਮੂੰਹ 'ਚ 6 ਦੇ ਮੂੰਹ ਇੱਧਰ 6 ਦੇ ਮੂੰਹ ਉੱਧਰ ਬਿਠਾ ਕੇ ਸਾਨੂੰ ਉਹਨਾਂ ਨੇ ਬਿਠਾ ਤਾ ਅਤੇ ਇਹਨਾਂ 'ਚ ਜੀ 3-4 ਘੰਟੇ ਗੁਜ਼ਰਾਂਗੇ ਸਾਨੂੰ ਲੱਗੀ ਇੰਨੀ ਭੁੱਖ ਅਸੀਂ ਕਿ ਛੋਟੀ ਭੈਣ ਵੱਡੀ ਭੈਣ ਉਹ ਦੀਦੀ ਭੁੱਖ ਲੱਗੀ ਹੈ ਦੀਦੀ ਭੁੱਖ ਲੱਗੀ ਹੈ ਹਰ 10 ਮਿੰਟਾਂ ਬਾਅਦ ਕਹਿ ਦਈਏ ਦੀਦੀ ਭੁੱਖ ਲੱਗੀ ਹੈ ਮੰਮੀ ਆ ਰਹੀ ਹੈ ਬਸ ਮੰਮੀ ਆ ਰਹੀ ਹੈ 10 ਮਿੰਟਾਂ 'ਚ ਮੰਮੀ ਆ ਰਹੀ ਹੈ ਕਰਦੇ ਕਰਦੇ ਜੀ ਸਾਡੀ ਬੁਰੀ ਹਾਲਤ ਅਤੇ ਇਹਨੇ 'ਚ ਕਿਸੇ ਨੇ ਔਫਰ ਕਰ ਦਿੱਤਾ ਕਿਉਂਕਿ ਲੈਣ ਵੀ ਨਹੀਂ ਦੇ ਰਹੀ ਫੂਡ ਕਿ ਕਿਸੇ ਤੋਂ ਫੂਡ ਨਹੀਂ ਖਾਣਾ ਕਿਸੇ ਤੋਂ ਉਹ ਵਿਚਾਰੇ ਔਫਰ ਕਰਨ 'ਤੇ ਸੀ ਨਹੀਂ ਨਹੀਂ ਅੰਕਲ ਹਮ ਠੀਕ ਹੈ ਅੰਦਰੋਂ ਭੁੱਖ ਲੱਗੀ ਹੋਈ ਅੰਦਰੋਂ ਜੀ ਕਰ ਰਿਹਾ ਕਿ ਅਗਲੇ ਦਾ ਡੱਬਾ ਖੋਹ ਕੇ ਖਾ ਜਾਈਏ ਅਸੀਂ ਅਤੇ ਇੰਨੇ 'ਚ ਵਿਚਾਰੀ ਇੱਕ ਆਂਟੀ ਜੀ ਨੇ ਚਾਦਰ ਦਿੱਤੀ ਅਤੇ ਅਸੀਂ ਉਸੇ ਸਮਹਾਓ ਉਸੇ 'ਤੇ ਟਰੱਸਟ ਕੀਤਾ ਜਾ ਰਿਹਾ ਸੀ ਕਿਉਂਕਿ ਉਹ ਸਾਨੂੰ ਲੱਗ ਰਿਹਾ ਸੀ ਕਿ ਸਾਡੀ ਸੇਵਾ ਕਰ ਰਹੀ ਹੈ ਸਾਡਾ ਖਿਆਲ ਰੱਖ ਰਹੀ ਹੈ ਅਤੇ ਉਹਨੇ ਆਫਰ ਕੀਤੀ ਹੁਣ 12 ਜਾਣਿਆਂ ਦਾ ਫੂਡ ਵੀ 12 ਜਾਣਿਆਂ ਦਾ ਕਿੱਥੋਂ ਆਵੇ ਜਦ ਬੰਦਾ ਇੱਕ ਪਰੌਂਠਾ ਅੱਧਾ ਦੇ ਸਕਦਾ ਬੰਦਾ ਹੁਣ 12 ਪਰੌਂਠੇ ਕਿੱਥੋਂ ਕੱਢੇ ਸੋ ਜੀ ਸਾਰਿਆਂ ਨੇ ਆਪਸ 'ਚ ਜਿੰਨੇ ਵੀ ਪੈਸੰਜਰ ਬੈਠੇ ਸੀ ਉਹਨਾਂ ਨੇ ਆਪਸ 'ਚ ਗੱਲ ਕੀਤੀ ਕਿਸਕੇ ਪਾਸ ਕਿਆ ਹੈ ਕਿਸਕੇ ਪਾਸ ਕਿਆ ਹੈ
ਤੇ ਉਹ ਜਨਾਨੀ ਨੇ ਇੱਕ ਟਿਫਨ ਜਿਹਾ ਖਾਲੀ ਕੀਤਾ ਤੇ ਉਹਦੇ ਵਿੱਚ ਸਾਰਿਆਂ ਨੇ ਆਪਣਾ ਲੈਫਟ ਓਵਰ ਉਹ 'ਚ ਪਾਤਾ, ਕਿਸੇ ਨੇ ਪਕੌੜੇ ਪਾਏ, ਕਿਸੇ ਨੇ ਪੂੜੀਆਂ ਪਾਤੀਆਂ, ਅਤੇ ਉਹ ਕਰਦੇ ਕਰਦੇ ਜੀ ਪੂਰਾ ਡੱਬਾ ਜੀ ਇੰਨਾ ਫੁੱਲ ਹੋ ਗਿਆ। ਬਿਲੀਵ ਇਟ ਔਰ ਨਾਟ, ਕਿੱਥੇ ਅਸੀਂ ਸੋਚ ਰਹੇ ਸੀ ਕਿ ਸਾਨੂੰ ਖਾਣ ਨੂੰ ਕੁਛ ਨਹੀਂ ਮਿਲੇਗਾ, ਲੇਕਿਨ ਪੂਰਾ ਰਸਤਾ ਅਸੀਂ ਪੂੜੀਆਂ ਦੀ ਵੀ ਇੱਕ ਇੱਕ ਬੁਰਕੀ ਲਾਈ ਸਾਰਿਆਂ ਨੇ। ਸਾਡੀ ਖਾਸੀਅਤ ਇਹ ਭੈਣ ਭਰਾਵਾਂ ਦੀ, ਅਸੀਂ ਭਾਵਾਂ ਪਛ ਲੜੀਏ ਮਰੀਏ ਜੋ ਮਰਜ਼ੀ ਕਰੀਏ, ਲੇਕਿਨ ਵੈਨ ਵੀ ਆਰ ਆਊਟਸਾਈਡ ਵੀ ਆਰ ਲਾਈਕ ਦਿਸ, ਸਾਨੂੰ ਕੋਈ ਤੋੜ ਨਹੀਂ ਸਕਦਾ, ਸਾਨੂੰ ਕੋਈ ਭੰਨ ਨਹੀਂ ਸਕਦਾ। ਸਾਡੇ ਭੈਣਾਂ ਔਰ ਕਜ਼ਨ ਭਰਾ ਸੀ ਇੰਜ ਸੀ, ਅਤੇ ਇੰਜ ਨਹੀਂ ਕਿ ਇੱਕ ਬੱਚੇ ਦੇ ਹੱਥ 'ਚ ਪੂਰੀ ਆ ਗਈ। ਇਹ ਮੈਂ ਪੂਰੀ ਸਟੋਰੀ ਕਿਉਂ ਸੁਣਾ ਰਹੀ ਹਾਂ, ਜੇ ਪੂਰੀ ਆ ਗਈ ਤਾਂ ਮੈਂ ਪੂਰੀ ਪੂਰੀ ਨਹੀਂ ਖਾਧੀ, ਉਹ ਮੈਂ ਇੱਕ ਇੱਕ ਬੁਰਕੀ ਸਾਰਿਆਂ ਨੂੰ 12 ਦੇ 12 ਹੀ ਟੋਟੇ ਕੀਤੇ ਅਤੇ ਇੰਜ ਰੱਖੀ। ਮਤਲਬ ਸ਼ੁਰੂ ਤੋਂ ਤੇਰਾ ਨੇਚਰ ਸ਼ੁਰੂ ਤੋਂ ਇਸ ਤਰ੍ਹਾਂ ਦਾ ਰਿਹਾ, ਇਸ ਤਰ੍ਹਾਂ ਦਾ, ਕਿਉਂਕਿ ਵੱਡੀ ਫੈਮਿਲੀ ਦੇ ਵਿੱਚ ਰਹੇ ਹਾਂ ਅਤੇ ਸਾਨੂੰ ਪਤਾ ਕਿ ਕਿਸ ਤਰ੍ਹਾਂ ਵਿਚਰਦਾ ਹੈ। ਸਭ ਚੀਜ਼ਾਂ ਬਾਹਰਲੇ ਲੋਕਾਂ ਲਈ ਕਿ ਘਰ ਦੇ ਲੋਕਾਂ ਲਈ ਮਿਲੀ? ਇਹ ਅਸੀਂ, ਮੈਂ ਬਾਹਰਲਿਆਂ ਲਈ ਵੀ ਕਰਦੀ ਰਹੀ ਹਾਂ, ਮੈਂ ਬਹੁਤ ਠੋਕਰਾਂ ਵੀ ਖਾਧੀਆਂ ਨੇ, ਮੈਂ ਜ਼ਿਆਦਾ ਕਲੋਜ਼ ਲੋਕਾਂ ਨਾਲ ਕਰਦਾ, ਸਾਡੇ ਲਈ ਵੀ ਹੈ। ਕੁਲਦੀਪ ਪਿੱਛੇ ਤਾਂ ਮੈਂ ਸਭ ਕੁਝ ਛੱਡਿਆ, ਤੇ ਇਹ ਕਿਸ ਤਰ੍ਹਾਂ ਕੋਈ ਕਹਿ ਸਕਦਾ ਕਿ ਇਹਦੇ ਲਈ ਨਹੀਂ ਕੀਤਾ ਹੋਏਗਾ? ਫਿਰ ਕੀ ਹੋਇਆ? ਤੇ ਜੀ ਅਸੀਂ ਖਾਂਦੇ ਪੁੰਦੇ ਪਹੁੰਚ ਗਏ ਉੱਥੇ ਜੀ, ਇੰਨੇ 'ਚ ਜੀ ਮੰਮੀ ਹੋਰੀ ਦੀ, ਜਿਹੜੀ ਮੰਮੀ ਹੋਰਾਂ ਦੀ, ਸਾਨੂੰ ਉਸ ਵਕਤ ਨਹੀਂ ਪਤਾ ਸੀ ਸਟੋਰੀ ਕਿ ਉਹਨਾਂ ਦੀ ਕੀ ਬੀਤਰੀ ਹੈ, ਸਾਡੇ ਦੇ ਤਾਂ ਇਹ ਬੀਤਰੀ, ਸਾਨੂੰ ਉਹ ਪਤਾ। ਫਿਰ ਬਾਅਦ 'ਚੋਂ ਮੰਮੀ ਹੋਰੀ ਜਦੋਂ ਮਿਲੇ ਫਿਰ ਉਹਨਾਂ ਨੇ ਦੱਸੀ ਕਿ ਉਹਨਾਂ ਦੀ ਕੀ ਬੀਤੀ। ਅਤੇ ਇੱਕ ਇੱਕ ਸਟੇਸ਼ਨ, ਦੋ ਸਟੇਸ਼ਨ, ਤਿੰਨ ਸਟੇਸ਼ਨ, ਪਤਾ ਨਹੀਂ ਕਿੰਨੇ ਸਟੇਸ਼ਨ ਲੰਘੇ, ਅਤੇ ਅਸੀਂ ਜਾਣਾ ਸੀ ਪਹਿਲਾਂ ਅੰਮ੍ਰਿਤਸਰ, ਅਸੀਂ ਉੱਥੇ ਪਹਿਲਾਂ ਮੱਥਾ ਟੇਕ ਕੇ ਫਿਰ ਅੱਗੇ ਅਸੀਂ ਜਾਣਾ ਸੀ ਸੰਗਰੂਰ, ਉੱਥੋਂ ਟੈਕਸੀ ਲੈ ਕੇ। ਅੰਮ੍ਰਿਤਸਰ ਕਿਉਂ ਜਾਣਾ ਸੀ ਕਿ ਮੇਰੇ ਜਿਹੜੇ ਮਾਮਾ ਜੀ ਨੇ, ਜਿਹੜੇ ਇੱਥੇ ਵਾਸ਼ਿੰਗਟਨ DC ਮੈਰੀਲੈਂਡ 'ਚ ਰਹਿੰਦੇ ਨੇ, ਜਿਹੜੇ ਗੁਰਦਰਸ਼ਨ ਸਿੰਘ ਜੀ, ਉਹ ਅੰਮ੍ਰਿਤਸਰ 'ਚੋਂ ਪੜ੍ਹੇ ਨੇ, ਅਤੇ ਉਹਨਾਂ ਨੇ ਉੱਥੇ ਪੜ੍ਹਾਈ ਕਰਦੇ ਸੀ, ਅਤੇ ਅਸੀਂ ਪਹਿਲਾਂ ਇੱਕ ਦਿਨ ਰਿਹਾ ਕੇ ਉਹਨਾਂ ਦੇ, ਉਹਨਾਂ ਨੇ ਕੋਈ ਇੰਤਜ਼ਾਮ ਕੀਤਾ ਹੋਇਆ ਸੀ, ਕੋਈ ਹੋਸਟਲ ਜਿਹਾ ਸੀਗਾ ਉਹਨਾਂ ਕੋਲ, ਕਿ ਮੈਂ, ਮੇਰਾ ਪਰਿਵਾਰ ਆ ਰਿਹਾ, ਇੰਨਾ ਵੱਡਾ ਫੈਮਿਲੀ ਆ ਰਹੀ, ਅਤੇ ਇਹ ਲੋਕ ਇੱਕ ਦਿਨ ਇੱਥੇ ਠਹਿਰਨਗੇ, ਅਤੇ ਉਹ ਕੋਈ ਠਹਿਰਨ ਵਾਲੀ ਜਗ੍ਹਾ ਦਾ ਇੰਤਜ਼ਾਮ ਕੀਤਾ ਹੋਇਆ ਸੀ। ਅਤੇ ਲਓ ਜੀ TT ਆਇਆ, TT ਨੇ ਪੁੱਛਿਆ ਬੇਟਾ ਆਪ ਕਹਾਂ ਜਾਓਗੇ, ਅਤੇ ਅਸੀਂ ਕਿਹਾ ਸਾਨੂੰ ਤਾਂ ਮੰਮੀ ਨੇ ਦੱਸਿਆ ਸੀ ਕਿ ਅਸੀਂ ਅੰਮ੍ਰਿਤਸਰ ਜਾਣਾ, ਉੱਥੇ ਸਾਡੇ ਮਾਮਾ ਜੀ ਨੇ, ਉਸ ਤੋਂ ਬਾਅਦ ਅਸੀਂ ਪਿੰਡ ਜਾਣਾ। ਅਤੇ ਉਹਨੇ ਜਦੋਂ ਟ੍ਰੇਨ ਉਤਰੀ ਸਾਡੀ ਡੈਸਟੀਨੇਸ਼ਨ 'ਤੇ ਅੰਮ੍ਰਿਤਸਰ, ਉਹਨੇ ਸਾਨੂੰ ਲਾਇਆ ਔਰ ਬਕਾਇਦਾ ਤੁਰ ਕੇ ਸਾਡੇ ਨਾਲ ਆਫਿਸ 'ਚ ਗਿਆ, ਜਿੱਥੇ ਦੂਸਰੇ ਜਿਹੜੇ TT ਆਫਿਸਰ ਬੈਠੇ ਹੁੰਦੇ, ਮੈਨੂੰ ਨਾਮ ਵੀ ਨਹੀਂ ਪਤਾ ਉਹਨਾਂ ਨੂੰ ਕੀ ਕਹਿੰਦੇ ਨੇ, ਜਿਹੜੇ ਪੁਲਿਸ ਅਥੋਰਿਟੀਜ਼ ਕਹਿ ਲਓ ਜਾਂ ਰੇਲਵੇ ਅਥੋਰਿਟੀਜ਼ ਕਹਿ ਲਓ, ਪੁਲਿਸ ਹੈ ਨਾ। ਅਤੇ ਅਸੀਂ ਉੱਥੇ ਪਹੁੰਚੇ, ਉਹਨਾਂ ਨੇ ਬਿਠਾਇਆ, ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਉਹ ਬਾਹਰੋਂ ਜਿਹੜੀ ਚਾਹ ਮੰਗਾਉਂਦੇ, ਇੰਨੀ ਕਟਿੰਗ ਚਾਹ, ਏਡੇ ਏਡੇ ਕੱਪ ਹੁੰਦੇ ਨੇ, ਅਤੇ ਉਹ ਚਾਹ ਮੰਗਾਈਆਂ ਉਹਨਾਂ ਨੇ 12 ਜੀਆਂ, ਅਸੀਂ ਤਾਂ ਭੁੱਖੇ ਨੰਗਿਆਂ ਵਾਂਗੂ ਜਿਵੇਂ ਟੁੱਟ ਕੇ ਪਏ ਚਾਹਾਂ ਦੇ। ਚਾਹ ਪੀਤੀ ਅਤੇ ਫਿਰ ਉਹਨਾਂ ਨੇ ਕਿਹਾ ਜੀ ਇਹਨਾਂ ਦੇ ਮਾਮਾ ਜੀ ਨੂੰ ਲੱਭ ਕੇ ਲੈ ਕੇ ਆਇਆ ਜਾਏ, ਅਤੇ ਉਹਨਾਂ ਨੇ ਹੀ ਆਪਣਾ ਕੋਈ ਪਰਸਨ ਭੇਜਿਆ, ਕਿਉਂਕਿ ਸਾਡੇ ਕੋਲ ਨਾ ਟੈਕਸੀ ਦੇ ਭਾੜੇ, ਨਾ ਚਾਹ ਪਾਣੀ ਦੇ ਭਾੜੇ, ਕੋਈ ਕਿਰਾਇਆ ਭਾੜਾ ਮਤਲਬ ਕਿਰਾਇਆ, ਅਤੇ ਉਹਨਾਂ ਦੇ ਜੀ ਬੰਦਾ ਲੱਭ ਕੇ, ਸਾਡਾ ਮਾਮਾ ਲੱਭ ਕੇ ਲਿਆਇਆ। ਅਤੇ ਲਓ ਜੀ ਵਿੱਚ ਇੱਕ ਕਾਲਰ ਆ ਰਹੇ ਨੇ, ਅਤੇ ਇਹ ਕੰਟੀਨਿਊ ਰੱਖਦੇ ਹਾਂ ਸਟੋਰੀ, ਅਤੇ ਲੈਟਸ ਸੀ ਕਿ ਕਾਲਰ ਸਾਨੂੰ ਕੀ ਕਹਿੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੈਗੇ ਹੋ MYTV 'ਤੇ। ਸਤਿ ਸ਼੍ਰੀ ਅਕਾਲ ਜੀ। ਜੀ ਤੁਸੀਂ ਆਪਣਾ ਨਾਂ ਅਤੇ ਦੱਸੋ ਕਿੱਥੋਂ ਬੋਲ ਰਹੇ ਹੋ? ਮੌਸਮ ਕੀ ਚੱਲ ਰਿਹਾ ਉੱਥੇ, ਕੀ ਹੋ ਕੀ ਰਿਹਾ ਉੱਥੇ ਵਿਆਹ ਤੋਂ ਇਲਾਵਾ ਪ੍ਰਿੰਸ ਦੇ? ਅੱਜ ਕੱਲ ਅਮਰੀਕਾ ਨੇ ਵੀ ਪੂਰੇ ਟੱਕਰ ਦਿੱਤੀ ਹੋਈ ਹੈ ਲੰਡਨ ਨੂੰ ਵੈਦਰ ਦੇ। ਹਾਂਜੀ ਪਈ ਸੀ ਸਨੋ, ਤਾਂ ਨਹੀਂ ਠੰਡ ਬਹੁਤ ਜ਼ਿਆਦਾ ਪਈ ਹੈ। ਔਰ ਲਿਟਰਲੀ ਬੌਬ ਸਿੰਘ, ਅੱਜ ਸਾਡਾ ਐਪੀਸੋਡ ਹੈ, ਅਸੀਂ ਆਪਣੇ ਆਪਣੇ ਰੇਲਵੇ ਦੇ ਐਕਸਪੀਰੀਅੰਸ ਦੱਸ ਰਹੇ ਹਾਂ, ਤੇ ਤੁਹਾਡੇ ਨਾਲ ਕੋਈ ਐਸਾ ਅੱਛਾ ਜਾਂ ਮਹਾਰਾਜ ਨਾ ਕਰੇ ਬੁਰਾ ਐਸਾ ਕੋਈ ਹਾਦਸਾ ਹੋਇਆ? ਅੱਛਾ ਹੀ ਹੋਇਆ ਐਕਚੁਲੀ, ਬੁਰਾ ਤਾਂ ਇੰਨਾ ਕੋਈ ਖਾਸ ਨਹੀਂ ਹੈ। ਅਸੀਂ 2010 ਵਿੱਚ ਇੰਡੀਆ ਗਏ ਸੀ, ਤੇ ਉੱਥੇ ਸਾਨੂੰ ਸਾਰੀ ਫੈਮਿਲੀ, ਮਤਲਬ ਬੱਚੇ ਵੀ ਜਦੋਂ ਛੋਟੇ ਸੀ, ਤੇ ਅਸੀਂ ਕਿਹਾ ਕਿ ਹਜ਼ੂਰ ਸਾਹਿਬ ਜ਼ਰੂਰ ਜਾਣਾ। ਅਸੀਂ ਦਿੱਲੀ ਤੋਂ ਟ੍ਰੇਨ ਫੜੀ ਸੀ ਆਪਣੇ, ਪਹਿਲਾਂ ਬੋਂਬੇ ਰੁਕੇ, ਫਿਰ ਬੋਂਬੇ ਤੋਂ ਅੱਗੇ ਹਜ਼ੂਰ ਸਾਹਿਬ ਗਏ, ਤੇ ਹਜ਼ੂਰ ਸਾਹਿਬ ਤੋਂ ਵਾਪਸ ਦਿੱਲੀ ਆਏ ਸੀ। ਤੇ ਉਹ ਬੜਾ ਵਧੀਆ ਸਫ਼ਰ ਰਿਹਾ, ਤੇ ਜਿੱਦਾਂ ਮੈਨੂੰ ਤਾਂ ਲੱਗਦਾ ਕਿ ਸਾਰੇ ਇਸ ਤਰ੍ਹਾਂ ਨਾਲ ਟ੍ਰੀਟ ਕੀਤਾ। ਕੱਲਾ ਇੱਕ ਦੋ ਵਾਕਿਆ ਹੋਇਆ ਸੀ ਜਿੱਥੇ ਅਸੀਂ ਆਪਣਾ ਕੰਪਾਰਟਮੈਂਟ ਬੁੱਕ ਕੀਤਾ ਹੋਇਆ ਸੀ, ਤੇ ਕੋਈ ਨਾ ਕੋਈ ਵਿੱਚ ਆ ਕੇ ਵੈਸੇ ਪੈ ਗਿਆ। ਦਿਸ ਇਜ਼ ਕਾਲਡ ਇੰਡੀਆ।
ਨਹੀਂ ਵਾਕਈ ਸਹੀ ਹੈ ਜੇ ਅਸੀਂ ਕਹੇ ਨਾ ਲੋਕਾਂ ਨੂੰ ਭਈਆ ਹਮਾਰੀ ਸੀਟ ਹੈ ਉਹ ਕਹਿੰਦੇ ਸਲੀਪਰ ਰਾਤ ਕੇ ਲਈ ਹੈ ਦੁਪਹਿਰ ਕੇ ਲਈ ਨਹੀਂ ਹੈ ਨਾਲ ਦੀ ਜਗ੍ਹਾ ਚ ਇੱਕ ਹੋਰ ਭਾਈ ਬੈਠਾ ਸੀ ਉਹ ਕਹਿੰਦਾ ਯਾਰ ਇਹ ਬਾਹਰੋਂ ਆਇਆ ਤੇ ਇਹਨਾਂ ਨੂੰ ਉੱਥੋਂ ਰਹਿੰਦੇ ਤੇ ਉਸ ਹਿਸਾਬ ਨਾਲ ਲੱਗਿਆ ਲੇਕਿਨ ਉਹ ਭਾਈ ਜਿਹੜਾ ਸੀ ਐਵੇਂ ਅੱਗ ਪੈ ਗਿਆ ਉਹ ਕਾਫੀ ਜਿੱਦਾਂ ਇਨਕਨਸੀਡਰੇਟ ਜਿਹਾ ਸੀਗਾ ਲੇਕਿਨ ਫਿਰ ਵੀ ਨਾਲ ਨਾਲ ਅੱਛੇ ਬੰਦੇ ਵੀ ਹੁੰਦੇ ਆ ਉਹਨੇ ਸਮਝਾ ਕੇ ਉਹਨੂੰ ਤੇ ਚਲੋ ਅੱਛੀ ਗੱਲ ਹੈ ਇਹ ਤੇ ਤੁਸੀਂ ਸਸਤੇ ਚ ਛੁੱਟ ਗਏ ਫੂਡ ਫੂਡ ਦੇ ਬਾਰੇ ਦੱਸੋ ਕਿ ਖਾਣਾ ਕਿਹਦਾ ਲੱਗਿਆ ਪਚ ਗਿਆ ਸੀ ਲਕਾ ਦਾ ਟ੍ਰੇਨ ਦਾ ਤੁਹਾਨੂੰ ਪਤਾ ਹੀ ਹੈ ਅਸੀਂ ਤਾਂ ਥੋੜਾ ਥੋੜਾ ਹੀ ਖਾਦਾ ਬਾਕੀ ਯੂ ਮੈਂ ਤਾਂ ਚਲੋ ਨਾਲ ਨਾਲ ਥੋੜਾ ਬਹੁਤ ਪੀ ਰਿਹਾ ਸੀ ਠੀਕ ਹੈ ਹੋ ਪੀ ਰਿਹਾ ਸੀ ਪੀਨ ਦਾ ਸੈਂਸ ਕਿ ਹਾਰਡ ਲਿਕਰ ਔਰ ਸੌਫਟ ਡਰਿੰਕ ਕੀ ਪੀ ਰਹੇ ਸੀ ਭਾਜੀ ਟ੍ਰੇਨ ਚ ਬਕਾਇਦਾ ਜੇ ਅਲਕੋਹਲ ਨਾ ਹੋਵੇ ਨਾ ਉਹ ਰੋਕ ਕੇ ਟ੍ਰੇਨ ਠੇਕੇ ਤੋਂ ਭੱਜ ਕੇ ਲਿਆ ਚਲੋ ਤੁਹਾਡਾ ਸਫ਼ਰ ਕੀ ਕਹੀਦਾ ਰੰਗੀਨ ਆਪਕਾ ਸਫ਼ਰ ਸ਼ੁਭ ਰਹਾ ਹੈ ਵਧੀਆ ਰਿਹਾ ਯਾਰ ਚਲੋ ਜਿਆਦਾ ਨਿਆਣਿਆਂ ਨੇ ਇੰਜੋਏ ਕੀਤਾ ਕਿਉਂਕਿ ਖੁੱਲਾ ਅਪਾਰਟਮੈਂਟ ਸੀ ਉਹ ਵੀ ਛੋਟੇ ਸੀ ਬਸ ਉੱਤੇ ਥੱਲੇ ਟੱਪਦੇ ਰਹੇ ਕਦੇ ਸਟੇਸ਼ਨ ਤੇ ਆ ਕੇ ਇੱਕ ਵਾਰ ਹੋਇਆ ਸੀ ਇਨਫੈਕਟ ਟ੍ਰੇਨ ਰੁਕ ਗਈ ਤੇ ਕਿਸੇ ਰਸਤੇ ਚ ਤੇ ਕੁਦਰਤੀ ਉੱਥੇ ਨਾ ਅੰਬਾਂ ਦਾ ਬਾਗ ਸੀਗਾ ਅੰਬਾਂ ਦਾ ਬਾਗ ਸਾਰੇ ਭਾਜੀ ਭਾਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਇੰਡੀਆ ਟ੍ਰੇਨ 'ਚ ਸਫ਼ਰ ਕਰਨ ਗਏ ਸੀ ਕਿ ਸ਼ੋਪਿੰਗ ਕਰਨ ਗਏ ਸੀ ਅੰਬ ਤੋੜ ਕੇ ਆਏ ਸੀ ਜਦੋਂ ਟ੍ਰੇਨ ਰੁਕੀ ਵਾਓ ਇਹ ਕਿਹੜੀ ਟ੍ਰੇਨ ਹੈ ਜਿਹੜੀ ਘਰ ਘਰ ਰੁਕਦੀ ਜਾਂਦੀ ਹੈ ਨਹੀਂ ਉਹ ਤੇ ਬਾਗਾਂ 'ਚ ਕਿਤੇ ਰੁਕੀ ਹੋਣੀ ਮੈਂ ਬੰਬੇ ਤੋਂ ਦਿੱਲੀ ਤੋਂ ਬੰਬੇ 2 ਦਿਨ ਲੱਗ ਗਏ ਸੀ ਤੁਹਾਨੂੰ ਜਾਣਦਾ ਹੈ ਵਾਓ ਲੇਟ ਦੇ ਅੱਛਾ ਚਲੋ ਅੱਛੀ ਟ੍ਰੇਨ ਸੀ ਰਾਜਸਥਾਨੀ ਸੀ ਪਤਾ ਨਹੀਂ ਕਿੱਥੇ ਅੱਛਾ ਚਲੋ ਥੈਂਕ ਯੂ ਚਲੋ ਦੈਟਸ ਗੁੱਡ ਕਿ ਤੁਹਾਡਾ ਸਫ਼ਰ ਵਧੀਆ ਸੀਗਾ ਇੰਨਾ ਤੁਸੀਂ ਖਾਧਾ ਪੀਤਾ ਐਸ਼ ਕੀਤੀ ਦੈਟ ਵਾਸ ਵੈਰੀ ਗੁੱਡ ਐਂਡ ਥੈਂਕ ਯੂ ਫਾਰ ਕਾਲਿੰਗ ਬੌਬ ਸਿੰਘ ਐਂਡ ਹੋਪਫੁਲੀ ਪਲੀਜ਼ ਕੀਪ ਅਸ ਕਾਲਿੰਗ ਪਹਿਲਾ ਮੇਜਰ ਮਤਲਬ ਟ੍ਰੇਨ ਦਾ ਸਫ਼ਰ ਸੀਗਾ ਜਿਹੜਾ ਡੇਢ ਦਿਨ ਜਾਣ ਨੂੰ ਫਿਰ ਜੂਸ ਸਾਹਿਬ ਅੱਧਾ ਦਿਨ ਉੱਤੇ ਫਿਰ ਡੇਢ ਦਿਨ ਵਾਪਸ ਆਉਣ ਨੂੰ ਇਟ ਵਾਸ ਵੈਰੀ ਗੁੱਡ ਦੈਟਸ ਗੁੱਡ ਚਲੋ ਹੋਪਫੁਲੀ ਸਫ਼ਰ ਇਸੇ ਤਰੀਕੇ ਨਾਲ ਤੁਹਾਡੇ ਜਾਰੀ ਰਹਿਣ ਔਰ ਸਾਨੂੰ ਮਾਈ ਟੀ ਵੀ 'ਤੇ ਆਪਣੇ ਸਫ਼ਰਾਂ ਬਾਰੇ ਕਿਸ ਤਰੀਕੇ ਨਾਲ ਤੁਸੀਂ ਸਫ਼ਰਾਂ ਦੇ ਵਿੱਚ ਸਫ਼ਰ ਕੀਤਾ ਉਹ ਸਾਡੇ ਨਾਲ ਸ਼ੇਅਰ ਕਰਦੇ ਰਹੋ ਐਂਡ ਕੀਪ ਲਿਸਨਿੰਗ ਐਂਡ ਕੀਪ ਇੰਜੋਇੰਗ ਮਾਈ ਟੀ ਵੀ ਥੈਂਕ ਯੂ ਵੈਰੀ ਮੱਚ ਫੋਰ ਕਾਲਿੰਗ ਅਸ ਥੈਂਕ ਯੂ ਹਾਂਜੀ ਨਹੀਂ ਅਸੀਂ ਬਹੁਤ ਇੰਜੋਏ ਕਰਦੇ ਹਾਂ ਤੁਹਾਡਾ ਸ਼ੋਅ ਤੇ ਜਿੱਥੇ ਵੀ ਹੋਇਆ ਜ਼ਰੂਰ ਟਿਊਨ ਇਨ ਕਰਦੇ ਤੇ ਯੂ ਡੂਇੰਗ ਅ ਗੁੱਡ ਜੋਬ ਐਂਡ ਥੈਂਕ ਯੂ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਆਪਾਂ ਤੁਹਾਨੂੰ ਇਹ ਦੱਸੀਏ ਕਿ ਹੁਣ ਆਪਾਂ ਲੰਡਨ ਤੱਕ ਤਾਂ ਪਹੁੰਚ ਹੀ ਗਏ ਹਾਂ ਤਾਂ ਲੰਡਨ ਤੋਂ ਅੱਗੇ ਮੋਨੀ ਦਾ ਸਫ਼ਰ ਕਿਵੇਂ ਚੱਲੇਗਾ ਉਹ ਦੱਸਦੇ ਇੱਕ ਛੋਟੀ ਜਿਹੀ ਬ੍ਰੇਕ ਲੈ ਲਈ ਮਿਲਣੇ ਇੱਕ ਬ੍ਰੇਕ ਤੋਂ ਬਾਅਦ ਟੇਸਟ ਆਫ ਇੰਡੀਆ ਵੈਲਕਮਸ ਯੂ ਕਮ ਐਂਡ ਟ੍ਰਾਈ ਮਾਊਥ ਵਾਟਰਿੰਗ ਡਿਲੀਸ਼ੀਅਸ ਫੂਡ For more info, tasteofindianova.com.
ਬੈਕ ਦੋਸਤੋ, ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ, ਔਰ ਜਿਹਦਾ ਸਾਡਾ ਜਿਹੜਾ ਪ੍ਰੋਗਰਾਮ ਹੈਗਾ ਉਹਨੂੰ ਸਪਾਂਸਰ ਕਿੰਨੇ ਕੀਤਾ ਹੈਗਾ? ਟੇਸਟ ਆਫ ਇੰਡੀਆ, ਇੰਡੀਆ ਖਾਣਾ ਖਾਣ ਲਈ ਇੰਡੀਆ ਜਾਣ ਦੀ ਲੋੜ ਨਹੀਂ, ਗੇਨਸਵਿਲ ਟੇਸਟ ਆਫ ਇੰਡੀਆ ਜੀ, ਪਰ ਦੇਸ਼ ਨੂੰ ਦੇਸ਼ ਬਣਾਉਂਦੇ ਨੇ ਇਸ ਤਰ੍ਹਾਂ ਦੇ ਵੈਨਿਊਜ਼, ਇਸ ਤਰ੍ਹਾਂ ਦੇ ਸ਼ੋਜ਼, ਇਸ ਤਰ੍ਹਾਂ ਦੇ ਹੋਸਟ, ਰਾਈਟ, ਔਰ ਇਸ ਤਰ੍ਹਾਂ ਦੇ ਲੋਕ ਜੀ, ਐਸਪੈਸ਼ਲੀ ਤੁਹਾਡੇ ਵਰਗੇ ਲੋਕ, ਰਾਈਟ? ਤੇ ਲੋ ਜੀ ਅਸੀਂ ਕੰਟੀਨਿਊ ਕਰਦੇ ਹਾਂ ਸਾਡੀ ਸਟੋਰੀ। ਇਸ ਤੋਂ ਪਹਿਲਾਂ ਕਿ ਇੱਕ ਹੋਰ ਕੋਈ ਕਾਲ ਆ ਜਾਵੇ, ਫਿਰ ਕੀ ਹੋਇਆ ਜਦੋਂ ਤੁਸੀਂ ਅੰਮ੍ਰਿਤਸਰ ਪਹੁੰਚ ਗਏ? ਅਸੀਂ ਅੰਮ੍ਰਿਤਸਰ ਪਹੁੰਚੇ, ਸਾਡੇ ਗੁਰਦਰਸ਼ਨ ਮਾਮਾ ਜੀ ਸਾਨੂੰ ਲੈਣ ਆਏ ਤੇ ਫਿਰ ਆਪਣੇ ਨਾਲ ਲੈ ਕੇ ਉਹ ਚਲੇ ਗਏ, ਤੇ ਫਿਰ ਅਗਲੇ ਦਿਨ ਮੰਮੀ ਹੋਰੀ ਰਾਤ ਨੂੰ ਲੇਟ ਨਾਈਟ ਪਹੁੰਚੇ। ਫਿਰ ਉਹਨਾਂ ਨੇ ਆਪਣੀ ਸਟੋਰੀ ਦੱਸੀ ਕਿ ਉਹਨਾਂ ਨਾਲ ਕੀ ਹੋਇਆ, ਉਹ ਟਿਕਟ ਲੈਣ ਜਦੋਂ ਪਹੁੰਚੀਆਂ ਤੇ ਉੱਥੇ ਲਾਈਨ ਲੱਗੀ ਸੀ, ਤੇ ਇੰਨੇ 'ਚ ਇੱਕ ਦੂਜੇ ਨੂੰ ਜਦ ਤੱਕ ਉਹ ਕਹਿੰਦੇ ਆ ਕਿ ਤੂੰ ਜਾ ਬੱਚਿਆਂ ਕੋਲੇ, ਤੇ ਇੰਨੇ 'ਚ ਉਹ ਟ੍ਰੇਨ ਨਿਕਲ ਗਈ। ਉਹ ਕਿਹੜੀ ਤੇਰੀ ਟ੍ਰੇਨ ਹੁੰਦੀ ਜਿਹੜੀ ਬੜੀ ਫਾਸਟ ਚੱਲਦੀ ਹੈ, ਜਿਹੜੀ ਇੱਕੋ ਚੱਲਦੀ ਹੁੰਦੀ ਸੀ ਉਸ ਟਾਈਮ ਦੇ ਵਿੱਚ? ਪਤਾ ਨਹੀਂ, ਮੈਂ ਸ਼ਾਨੇ ਪੰਜਾਬ, ਹਾਂ ਸ਼ਾਨੇ ਪੰਜਾਬ, ਆਈ ਥਿੰਕ ਮੈਨੂੰ ਚਾਈਲਡਹੁੱਡ ਨਾਮ ਵੀ ਯਾਦ ਨਹੀਂ ਆ ਰਿਹਾ। ਤੇ ਲਓ ਜੀ ਸ਼ਾਨੇ ਪੰਜਾਬ 'ਚ ਅਸੀਂ ਚੜ੍ਹ ਗਏ, ਤੇ ਮੰਮੀ ਹੋਰੀ ਕਹਿੰਦੇ ਕਿ ਜੀ ਅਸੀਂ ਸੋਚਿਆ ਉੱਥੋਂ ਟੈਕਸੀ ਕਰ ਲਈਏ। ਕਹਿੰਦੇ ਕਿਸੇ ਡਰਾਈਵਰ ਨੂੰ ਵੀ ਬੁਲਾਇਆ ਸੀ ਜਿਹਨਾਂ ਨੇ ਟੈਕਸੀ ਵਾਸਤੇ, ਤੇ ਡਰਾਈਵਰ ਕਹਿੰਦਾ ਜੀ ਟ੍ਰੇਨ ਇੰਨੀ ਫਾਸਟ ਹੈ ਇਹ ਟ੍ਰੇਨ ਕਿ ਇਹਨੇ, ਕਿਉਂਕਿ ਇਹਨੇ ਪਟਰੀ 'ਤੇ ਚੱਲਣਾ, ਇਹਦੇ ਵਾਸਤੇ ਟ੍ਰੈਫਿਕ, ਰੈੱਡ ਲਾਈਟ, ਕੋਈ ਚੀਜ਼ ਨਹੀਂ, ਅਸੀਂ ਰੋਡ 'ਤੇ ਜਾਣਾ, ਸਾਡੇ ਅੱਗੇ ਤਾਂ ਜੇ ਗਾਂ ਮੱਝ ਆ ਗਈ ਸਾਨੂੰ ਸਾਹ ਵੀ ਬ੍ਰੇਕਾਂ ਮਾਰਨੀਆਂ ਪੈਣੀਆਂ ਨੇ। ਅਤੇ ਉਹ ਕਹਿੰਦਾ ਜੀ ਟ੍ਰੇਨ ਨੋ ਮੈਟਰ ਵਟ, ਤੁਸੀਂ ਟ੍ਰੇਨ ਤੋਂ ਪਹਿਲਾਂ ਪਹੁੰਚ ਹੀ ਨਹੀਂ ਸਕਦੇ। ਮੰਮੀ ਉਹਨਾਂ ਨੂੰ ਇਸੇ ਚੱਲ ਇੱਕ ਸਟਾਪ ਨਹੀਂ, ਦੋ ਸਟਾਪ ਨਹੀਂ, ਚੱਲ ਤੀਜੇ ਸਟਾਪ 'ਤੇ ਪਹੁੰਚੀਏ। ਉਹ ਕਹਿੰਦਾ ਜੀ ਪਹੁੰਚ ਹੀ ਨਹੀਂ ਸਕਦੇ, ਇਸ ਟ੍ਰੇਨ ਸਾਡੇ ਤੋਂ ਫਾਸਟ ਹੈ। ਫਿਰ ਜੀ ਉਹ ਕਹਿੰਦੇ ਜੀ ਬਸ ਜੀ ਇਹ ਬੈਸਟ ਇਹੀ ਹੈ, ਉਹ ਜਿਹੜਾ ਉੱਥੇ ਰੇਲਵੇ ਅਥੋਰਿਟੀ ਸੀ ਉਹ ਕਹਿੰਦੇ ਜੀ ਬੈਸਟ ਇਹੀ ਹੈ, ਅਗਲੀ ਟ੍ਰੇਨ ਫੜੋ ਅਤੇ ਉੱਥੇ ਪਹੁੰਚੋ ਤੁਸੀਂ, ਬੈਸਟ ਉਹੀ ਹੈ ਕਿ ਤੁਸੀਂ ਉੱਥੇ ਆਪਣੇ ਬੱਚਿਆਂ ਨੂੰ ਰੀਚ ਕਰ ਸਕਦੇ ਹੋ। ਕਿ ਹੋਪਫੁਲੀ ਅਸੀਂ ਦੁਆ ਕਰਦੇ ਹਾਂ ਕਿ ਤੁਹਾਡੇ ਬੱਚੇ ਕਿਤੇ ਉਤਰੇ ਨਾ ਹੋਣ ਰਸਤੇ 'ਚ, ਕਿਉਂਕਿ ਉਹ ਵੀ ਇਹ ਸੋਚ ਰਹੇ ਕਿ ਹਾਏ ਹੋ ਸਕਦਾ ਮੇਰੇ ਬੱਚੇ ਉਤਰ ਨਾ ਗਏ ਹੋਣ, ਜੇ ਉਤਰ ਗਏ ਤਾਂ ਕਿੱਥੇ ਜਾਣਗੇ, ਕੋਈ ਚੁੱਕ ਕੇ ਨਾ ਲੈ ਜਾਏ, ਇਹ ਨਾ ਹੋ ਜਾਏ, ਉਹ ਨਾ ਹੋ ਜਾਏ। ਸੁੱਖ ਨਾਲ ਬਹੁਤ ਸਾਰੀ ਕੁੜੀਆਂ ਵੀ ਸੀ ਵਿੱਚ, ਜਵਾਨ ਖੂਬਸੂਰਤ ਮੇਰੇ ਵਰਗੀਆਂ। ਅਤੇ ਅਸੀਂ ਜੀ ਮੰਮੀ ਹੋਰੀ ਜਦੋਂ ਪਹੁੰਚੇ ਫਿਰ ਉਹਨਾਂ ਨੇ ਆਪਣੇ ਦੁੱਖੜੇ ਸੁਣਾਏ ਵੀ ਅਸੀਂ ਤਾਂ ਇੰਝ ਆਈਆਂ, ਅਸੀਂ ਇੰਝ ਆਈਆਂ, ਅਸੀਂ ਤਾਂ ਸੋਚਦੇ ਇੰਝ ਆਈਆਂ, ਸਾਡਾ ਹਾਰਟ ਅਟੈਕ ਹੋ ਚੱਲਿਆ ਸੀ, ਮੇਰੀ ਕੁੜੀ ਕਿੱਧਰ ਗਈ, ਮੇਰੇ ਬੱਚਿਆਂ ਦਾ ਕੀ ਬਣੂਗਾ, ਉਹਨਾਂ ਨੇ ਕੀ ਖਾਧਾ ਕੀ ਪੀਤਾ। ਸੋ ਕਰਦੇ ਕਰਦੇ ਯਾ ਅੰਤ ਭਲਾ ਸੋ ਹੋ ਭਲਾ, ਅਤੇ ਉਹੀ ਗੱਲ ਹੋਈ ਜੀ ਐਂਡ ਆਫ ਦਾ ਸਟੋਰੀ ਕਿ ਜੀ ਅਸੀਂ ਮੁਲਾਕਾਤ ਹੋਈ, ਫਿਰ ਅਗਲੇ ਦਿਨ ਅਸੀਂ ਦਰਬਾਰ ਸਾਹਿਬ ਦਾ ਮੱਥਾ ਟੇਕਿਆ ਅਤੇ ਸਾਡੀ ਜਰਨੀ ਇੱਥੇ ਖਤਮ। ਮੈਂ ਤੈਨੂੰ ਪਿੱਛ ਜਾ ਇਹ ਪੁੱਛਿਆ ਸੀਗਾ ਕੋਈ ਪੰਜਾਬੀ ਸੀਗਾ ਕਿ ਨਹੀਂ, ਇੱਕ ਰੀਜ਼ਨ ਸੀਗਾ, ਹਾਂ ਮੈਂ ਤੈਨੂੰ ਵਾਕਿਆ ਦੱਸਣਾ। ਹਾਂ, ਪੰਜਾਬ 'ਚੋਂ ਗੱਡੀ ਚੜ੍ਹੀ ਅਤੇ ਇੱਕ ਜਿਵੇਂ ਇੰਡੀਆ ਇੱਕ ਮਿਕਸ 'ਚ ਕੰਟਰੀ ਹੈ, ਅਤੇ ਇੱਕ ਸਾਊਥ ਇੰਡੀਅਨ ਕਪਲ ਬੈਠਾ ਸੀਗਾ ਉੱਥੇ ਅਤੇ ਉਹਦੇ ਬੱਚੇ ਬੈਠੇ ਸੀਗੇ। ਸੋ ਟ੍ਰੇਨ ਚੜ੍ਹਨ ਤੋਂ ਪਹਿਲਾਂ ਹੀ ਉਹ ਆਪਣੇ ਪੰਜਾਬੀ ਭਰਾ ਅਤੇ ਮਦਰਾਸੀ ਬ੍ਰਦਰ ਦੀ ਟਸ਼ਨ ਚੱਲ ਰਹੀ ਸੀਗੀ। ਉਹ ਜਿਵੇਂ ਆਪਣਾ ਮਦਰਾਸੀ ਭਾਅ ਜੀ ਸਾਡੇ ਸਮਾਨ ਚੱਕ ਕੇ ਅੰਦਰ ਰੱਖੇ, ਉਹ ਚੱਕਿਆ ਨੀਗਾ, ਅਤੇ ਸਰਦਾਰ ਜੀ ਨੇ ਚੱਕ ਕੇ ਅੰਦਰ ਸਿੱਟਿਆ, ਕਹਿੰਦਾ ਲੱਸੀਆਂ ਪੀਓ ਲੱਸੀਆਂ। ਉਹ ਸਾਊਥ ਇੰਡੀਅਨ ਨੂੰ ਦੇਖਿਆ ਜੀ ਕਿ ਬੋਲ ਕੀ ਰਿਹਾ, ਅੰਦਰ ਗਿਆ ਅਤੇ ਉਹ ਸਮਾਨ ਚੱਕ ਕੇ ਉੱਪਰ ਰੱਖਣ ਗਿਆ ਅਤੇ ਉਹ ਤੋਂ ਹੋਇਆ ਨਹੀਂ ਗਿਆ, ਅਤੇ ਫਿਰ ਸਰਦਾਰ ਜੀ ਨੇ ਫਿਰ ਸਮਾਨ ਚੱਕ ਕੇ ਉੱਪਰ ਰੱਖਿਆ, ਕਹਿੰਦਾ ਲੱਸੀਆਂ ਪੀਓ ਲੱਸੀਆਂ। ਉਹ ਕਹਿੰਦਾ ਯਾਰ ਇਹ ਤਾਂ ਬੜਾ ਮੁਸ਼ਕਲ ਹੈ। ਅਤੇ ਹਾਰ ਕੇ ਥੋੜ੍ਹੀ ਦੇਰ ਬੈਠਾ ਸੀ ਅਤੇ ਉਹ ਰੋਟੀ ਦਾ ਟਾਈਮ ਹੋਇਆ ਅਤੇ ਉਹਦੀ ਜਨਾਨੀ ਡੱਬਾ ਖੋਲਣ ਦੀ ਕੋਸ਼ਿਸ਼ ਕਰ ਰਹੀ ਸੀਗੀ, ਉਹ ਉੱਤੋਂ ਫਿਰ ਵੀ ਨਹੀਂ ਖੁੱਲਿਆ, ਸਰਦਾਰ ਜੀ ਨੇ ਖੋਲਤਾ ਤੋ ਕਹਿੰਦਾ ਓਏ ਲੱਸੀਆਂ ਪੀਓ। ਉਹ ਬੜਾ ਪਰੇਸ਼ਾਨ ਹੋ ਗਿਆ ਲੱਸੀ ਤੋਂ। ਥੋੜ੍ਹੀ ਦੇਰ ਬਾਅਦ ਜਿਵੇਂ ਹੌਲੀ 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 ਉਹ ਟ੍ਰੇਨ ਮਹਾਰਾਸ਼ਟਰ 'ਚ ਐਂਟਰ ਕੀਤੀ ਅਤੇ ਉਹ ਬੰਦਾ ਐਵੇਂ ਹੱਥ ਕਰ ਕਰਕੇ ਨਾ ਇੰਜ ਕਰ ਕਰਕੇ ਐਕਸ਼ਨ ਉਹ ਕੁਛ ਖੁਸ਼ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੰਜਾਬੀ ਭਰਾ ਉੱਠਿਆ, ਕੜ ਕੇ ਖਿੱਚਤੀ ਚੇਨ, ਡੋਂਟ ਟੈਲ ਮੀ ਕਿ ਉਹ ਚੇਨ ਟ੍ਰੇਨ ਦੀ ਚੇਨ ਸੀ। ਟ੍ਰੇਨ ਹੋ ਗਈ, ਇਹਨੇ 'ਚ ਪੁਲਿਸ ਆਈ ਤੇ ਪੁੱਛਿਆ ਕਿਹਨੇ ਖਿੱਚਿਆ ਜੀ, ਕਹਿੰਦੇ ਇਹਨਾਂ ਨੇ ਖਿੱਚਿਆ। ਤੇ ਜਿਵੇਂ ਉਹਨੂੰ ਹੱਥਕੜੇ ਲੱਗੀ ਤਾਂ ਫਿਰ ਮਦਰਾਸੀ ਕਹਿੰਦਾ ਲੱਸੀ ਨਹੀਂ ਆਈਆਂ ਇਡਲੀ, ਆਈਆਂ ਇਡਲੀ, ਤਾਂ ਕਹਿ ਰਿਹਾ ਸੀ। ਜੇ ਕੋਈ ਪੰਜਾਬੀ ਹੁੰਦਾ ਤਾਂ ਉਹਨੇ ਚੇਅਰ ਖਿੱਚ ਦੇਣੀ ਸੀਗੀ। ਯਾ ਐਕਚੁਅਲੀ ਵੈਸੇ ਜੋਕ ਤਾਂ ਵਿਚਾਰੇ ਵਿੱਚ ਪੰਜਾਬੀਆਂ 'ਚ ਬੜੇ ਬਣਦੇ ਨੇ ਕਿਉਂਕਿ ਉਹ ਦੇ ਆਰ ਬਿਗ ਹਾਰਟ ਐਂਡ ਦੇ ਡੋਨਟ ਯੂਜ਼ ਦੇ ਬ੍ਰੇਨ। ਸ਼ੇਰਾਂ ਦੀ ਕੌਮ ਹੈ, ਮਜ਼ਾਕ ਵਿੱਚ ਹੁੰਦੇ ਨੇ, ਕੋਈ ਗੱਲ ਨਹੀਂ, ਦਿਲ ਵੱਡੇ ਨੇ, ਅਸੀਂ ਮਜ਼ਾਕ ਵੀ ਬਰਦਾਸ਼ਤ ਕਰ ਲੈਂਦੇ ਹਾਂ। ਟ੍ਰੇਨਾਂ ਦੀ ਗੱਲ ਕਰਦੇ ਹਾਂ ਤੇ ਟ੍ਰੇਨਾਂ ਤੋਂ ਇੱਕ ਬੜਾ ਹੀ ਬੁਰਾ ਹਾਦਸਾ ਹੀ ਕਹਾਂਗੀ, ਮੈਂ ਹਾਦਸਾ ਹੀ ਕਹਾਂਗੀ, ਜਦੋਂ ਕੰਟਰੀਆਂ ਦੇ ਬਟਵਾਰੇ ਹੁੰਦੇ ਨੇ ਤੇ ਉਹ ਬੁਰੇ ਹੁੰਦੇ ਨੇ ਕਿ ਅਸੀਂ ਅੱਖਾਂ ਵੇਖੀ ਤਾਂ ਨਹੀਂ ਵੇਖਿਆ, ਲੇਕਿਨ ਸਾਡੀ ਨਾਨੀ ਪਿੱਛੇ ਜੇ ਮੇਰੀ ਮੁਲਾਕਾਤ ਹੋਈ ਹਿਊਸਟਨ ਟੈਕਸਸ ਦੇ ਵਿੱਚ ਮੇਰੀ ਨਾਨੀ ਨਾਲ, ਤੇ ਉਹ ਮੇਰੀ ਨਾਨੀ ਪਾਕਿਸਤਾਨ 'ਚ ਉਸ ਵਕਤ ਹਿੰਦੁਸਤਾਨੀ ਸੀ ਜਿਹੜਾ ਕਿ ਪਾਕਿਸਤਾਨ 'ਚ ਰਹਿੰਦੀ ਸੀ, ਅਤੇ ਉਹ ਕਹਿੰਦੇ ਕਿ ਜਦੋਂ ਟ੍ਰੇਨਾਂ ਦੇ ਵਿੱਚ ਉਹਨਾਂ ਨੂੰ ਜਦੋਂ ਸਫ਼ਰ ਕਰਨਾ ਪਿਆ ਉਸ ਜ਼ਮਾਨੇ ਦੇ ਵਿੱਚ, ਤਾਂ ਉਹ ਬੜਾ ਹੀ ਦਰਦਨਾਕ ਸੀਗਾ, ਔਰ ਦਰਦਨਾਕ ਦੇ ਨਾਲ ਉਹ ਜਿਹਨੂੰ ਕਹਿੰਦੇ ਨਾ ਹਾਦਸਿਆਂ ਭਰਾ ਸੀਗਾ ਕਿ ਉਹ ਟ੍ਰੇਨਾਂ ਦੇ ਵਿੱਚ ਮਰੇ ਬੰਦੇ ਭੇਜਦੇ ਸੀਗੇ, ਇੱਧਰੋਂ ਹਿੰਦੁਸਤਾਨ ਤੋਂ ਵੀ ਜਾਂਦੇ ਸੀ ਅਤੇ ਪਾਕਿਸਤਾਨ ਤੋਂ ਵੀ ਆਉਂਦੇ ਸੀ। ਸੋ ਇੱਕ ਇਹ ਵੀ ਟ੍ਰੇਨ ਦੀ ਇੱਕ ਬੜੀ ਦਰਦਨਾਕ ਕਹਾਣੀ ਹੈ ਜਿਹੜੀ ਹਮੇਸ਼ਾ ਹੀ ਸਾਡੀ ਹਿਸਟਰੀ 'ਚ ਰਹੇਗੀ। ਦੇਖੋ ਜੀ ਕਭੀ ਖੁਸ਼ੀ ਕਭੀ ਗਮ,
ਲੇਕਿਨ ਮੈਂ ਖੁਸ਼ੀ ਦੀ ਹੁਣ ਖੁਸ਼ੀ ਦੀ ਗੱਲ ਕਰਦਾ, ਲੇਕਿਨ ਮੈਂ ਬੜੀ ਖੁਸ਼ ਹਾਂ ਜਿਹੜਾ ਸ਼ਾਹਰੁਖ ਖਾਨ ਸਾਡੇ ਪਿੱਛੇ ਤੇ ਉਹ ਕਹਿ ਰਿਹਾ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ ਰਾਈਟ। ਸ਼ਾਹਰੁਖ ਤੋਂ ਯਾਦ ਆਇਆ ਮੈਨੂੰ, ਸਾਡੇ ਨਾਲ ਕੀ ਹੋਇਆ ਕਿ ਅਸੀਂ ਮੇਰੇ ਨਾਲ ਇੱਕ ਹਾਦਸਾ ਹੋਇਆ ਔਰ ਮੈਨੂੰ ਉਹ ਸ਼ਹਿਰ ਆਪਣੀ ਜਦ ਤੱਕ ਮੈਂ ਜ਼ਿੰਦਾ ਯਾਦ ਰਹੇਗਾ। ਅਸੀਂ ਟ੍ਰੇਨ ਦਿੱਲੀ ਤੋਂ ਅੰਬਾਲਾ ਤੋਂ ਟ੍ਰੇਨ ਫੜੀ ਡੀਲਕਸ, ਉਦੋਂ ਡੀਲਕਸ ਕਹੀ ਤਾਂ ਪੱਛਮ ਐਕਸਪ੍ਰੈਸ ਕਹੀ ਤਾਂ, ਅਤੇ ਮੇਰੇ ਡੈਡ ਨੇ, ਪੰਜਾਬੀ ਬੰਦੇ ਆਪਾਂ, ਅਤੇ ਮੇਰੇ ਡੈਡ ਨੇ ਕਿਹਾ ਕੋਈ ਨਹੀਂ ਆਪਾਂ ਟਿਕਟਾਂ ਨਾ ਉਹ ਲੈ ਲੈਂਦੇ, ਚਾਲੂ ਲੈ ਲੈਂਦੇ, ਅੰਦਰ ਜਾ ਕੇ ਰਿਜ਼ਰਵੇਸ਼ਨ ਲੈ ਲਾਂਗੇ। ਅਤੇ ਅਸੀਂ ਕਿਹਾ ਚਲੋ ਚਲੇ ਜਾਂਦੇ ਅੰਦਰ। ਦਿੱਲੀ ਲੰਘਿਆ, ਦਿੱਲੀ ਤੱਕ ਤਾਂ ਕੋਈ ਰਿਜ਼ਰਵੇਸ਼ਨ ਹੁੰਦੀ ਨਹੀਂ ਨਾ, ਦਿੱਲੀ ਤਾਂ ਕੋਈ ਰਿਜ਼ਰਵੇਸ਼ਨ ਨਹੀਂ ਹੈ, ਦਿੱਲੀ ਤੋਂ ਬਾਅਦ ਰਿਜ਼ਰਵੇਸ਼ਨ ਸ਼ੁਰੂ ਹੁੰਦੀ। ਤਾਂ ਦਿੱਲੀ ਤੋਂ ਚੱਲੇ ਮਥੁਰਾ, ਮਥੁਰਾ ਤੋਂ ਜਦੋਂ ਅੱਗੇ ਗਏ ਅਤੇ ਉਹ ਰਾਤ ਦਾ ਟਾਈਮ ਹੋ ਗਿਆ ਸੀਗਾ, ਮੇਰੇ ਕੋਲ ਰਾਤ ਦੇ ਤਿੰਨ ਚਾਰ ਦੋ ਤਿੰਨ ਵਜੇ ਸੀਗੇ, ਚਾਰ ਕੁ ਵਜੇ ਸੀਗੇ। ਉਹ ਟੀ ਸੀ ਨੇ ਨਾ ਸਾਨੂੰ ਕੋਟਾ ਰੇਲਵੇ ਸਟੇਸ਼ਨ 'ਤੇ ਉਤਾਰਤਾ। ਅੱਛਾ, ਉਹ ਕਿੱਥੇ ਕਾ ਭਲਾ, ਮੈਨੂੰ ਵੀ ਨਹੀਂ ਪਤਾ। ਕੋਟਾ ਹੈਗਾ ਰਾਜਸਥਾਨ 'ਚ। ਹੁਣ ਚਾਰ ਵਜੇ ਮੈਂ, ਮੇਰਾ ਬ੍ਰਦਰ, ਮੇਰੀ ਛੋਟੀ ਸਿਸਟਰ, ਮੰਮਾ, ਮਾਂ ਅਤੇ ਡੈਡ ਅਸੀਂ ਉਤਰ ਗਏ। ਬੜੀ ਬੇਇੱਜ਼ਤੀ ਮਹਿਸੂਸ ਹੋਈ, ਸਾਨੂੰ ਸਾਰਾ ਟ੍ਰੇਨ ਦੇਖ ਰਿਹਾ, ਸਾਨੂੰ ਉਤਾਰਤਾ ਉੱਥੇ। ਅਤੇ ਅਸੀਂ ਪੈਸੇ ਵੀ ਮਤਲਬ ਦੇਣ ਦੀ ਕੋਸ਼ਿਸ਼ ਕੀਤੀ, ਔਫਰ ਕੀਤੀ, ਉਹਨੇ ਸ਼ਾਇਦ ਨਹੀਂ ਲਈਆਂ, ਲੋਕਾਂ ਤੋਂ ਜ਼ਿਆਦਾ ਲੈ ਲਈ ਹੋਣੀ। ਅਤੇ ਉਤਾਰਤਾ ਅਤੇ ਅਸੀਂ ਆਮ ਤੌਰ 'ਤੇ ਨਾ ਤੁਸੀਂ ਸਟੇਸ਼ਨਾਂ 'ਤੇ ਦੇਖਿਆ ਹੋਣਾ, ਇੱਕ ਸੈਂਟਰ ਜਿਹ 'ਚ ਇੱਕ ਬੂਥ 'ਚ ਬਣਿਆ ਹੁੰਦਾ ਜਿੱਥੇ 24 ਘੰਟੇ ਚਾਹ ਬਣਦੀ, ਔਰ ਉੱਥੇ ਖਾਣ ਨੂੰ ਕੁਛ ਨਾ ਕੁਛ ਹੁੰਦਾ, ਪਕੌੜੇ ਜਾਂ ਕੁਛ ਐਸੀ ਚੀਜ਼। ਉਹ ਵਿਚਾਰੇ ਨੇ, ਠੰਡ ਸੀਗੀ, ਰਾਜਸਥਾਨੀ ਬੰਦਾ ਸੀਗਾ, ਅਤੇ ਮੇਰੇ ਡੈਡ ਨੇ ਕਿਹਾ ਕਿ ਇੱਥੇ ਕੁਛ ਹੋਰ ਜਗ੍ਹਾ ਹੈ, ਕਹਿੰਦਾ ਸਰਦਾਰ ਜੀ ਯਹੀਂ ਪੇ ਲੇਟ ਜਾਓ, ਟੈਚੀ ਕੰਬਲ ਵਿਛਾ ਕੇ ਮੈਂ ਬੈਠਾ ਹਾਂ। ਅਤੇ ਅਸੀਂ ਕਿਹਾ ਅੱਛਾ, ਛੋਟੇ ਛੋਟੇ ਸੀ, ਮੇਰੀ ਮਾਂ ਨੇ ਟੈਚੀਆਂ ਦੀ ਉਹ ਇੰਜ ਕਰਕੇ ਬਣਾਇਆ ਬਾਉਂਡਰੀ ਜੀ, ਕੰਬਲ ਵਿਛਾਏ, ਅਤੇ ਅਸੀਂ ਤਿੰਨੋਂ ਭੈਣ ਭਰਾ ਸੌ ਗਏ, ਅਤੇ ਮਾਂ ਵੀ ਸੌ ਗਈ, ਅਤੇ ਡੈਡ ਜਾਗਦੇ ਰਹੇ ਅਤੇ ਉਹ ਚਾਲਾ ਜਾਗਦਾ ਰਿਹਾ। ਕਹਿੰਦਾ ਸਰਦਾਰ ਜੀ ਆਪਕੋ ਸੁਬਹ ਮੈਂ ਸੁਪਰ ਮੈਂ ਬਿਠਾਤਾ ਹੂੰ। ਉਹਦੀ ਅੰਦਰ ਟੀ ਸੀ ਨਾਲ ਗੱਲਬਾਤ ਸੀਗੀ, ਉਹਨੇ ਸਾਨੂੰ ਰਿਜ਼ਰਵੇਸ਼ਨ ਕਰਾਤੀ, ਸਵੇਰੇ 9 ਵਜੇ ਅਸੀਂ ਫੜੀ ਸੁਪਰ। ਸਾਨੂੰ ਬੜਾ ਅਫਸੋਸ ਕਿ ਸਾਨੂੰ ਲਾਤਾ, ਸਾਨੂੰ ਐਂ ਲੱਗਿਆ ਕਿ ਸਾਡੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਹੈ। ਰਤਲਾਮ ਕੇ ਆਗੇ ਐਕਸੀਡੈਂਟ ਹੋ ਗਿਆ ਔਰ ਸਾਰੀਆਂ ਟ੍ਰੇਨਾਂ ਉੱਥੇ ਖੜੀਆਂ ਨੇ। ਚਲੋ ਟ੍ਰੇਨ ਨਿਕਲੀ, ਜਦੋਂ ਬੰਬੇ ਪਹੁੰਚੇ ਅਸੀਂ, ਤੇ ਅਸੀਂ ਜਿਵੇਂ ਗੱਡੀ ਖੜੀ ਕੀਤੀ, ਦੂਜੇ ਪਾਸੇ ਦੂਜੀ ਗੱਡੀ ਖੜੀ ਹੋਈ, ਤੇ ਮੇਰੇ ਡੈਡ ਕਹਿੰਦੇ ਉਹ ਦੇਖ ਡੀਲੈਕਸ ਵੀ ਹੁਣੇ ਪਹੁੰਚੀ ਹੈ। ਕਸਮ ਨਾਲ ਉਹ ਜਿਹੜੀ ਖੁਸ਼ੀ ਮੈਨੂੰ ਮਹਿਸੂਸ ਹੋਈ ਨਾ, ਮੈਨੂੰ ਐਂ ਲੱਗੇ ਜਿਵੇਂ ਮੈਨੂੰ ਓਲੰਪਿਕ ਮੈਡਲ ਮਿਲ ਗਿਆ, ਜਿਹਨੇ ਸਾਨੂੰ ਲਾਇਆ ਸੀ ਅਸੀਂ ਉਹਦੇ ਬਰਾਬਰ ਆ ਗਏ। ਸੋ ਇਹ ਚੀਜ਼ ਮੈਨੂੰ ਹਮੇਸ਼ਾ ਯਾਦ ਰਹੇਗੀ। ਉਸ ਦਿਨ ਤੋਂ ਬਾਅਦ ਅਸੀਂ ਡੀਲੈਕਸ 'ਚ ਜਾਣਾ ਬੰਦ ਕਰਤਾ, ਸੁਪਰ ਫਾਸਟ ਟਿਕਟ ਖਰੀਦਣਾ ਸ਼ੁਰੂ ਕਰਤਾ। ਟੈਲ ਮੀ ਦਿਸ, ਨਹੀਂ ਟਿਕਟ ਤਾਂ ਖਰੀਦੇ ਸੀਗੇ, ਲੇਕਿਨ ਉਹ ਆਪਣੀ ਆਦਤ ਹੁੰਦੀ ਨਾ ਕਿ ਬਈ ਸਾਡੀ ਬਹੁਤ ਪਹਿਚਾਣ ਹੈ ਬੜਾ ਜੀ ਇਹ, ਅਤੇ ਅਸੀਂ ਬਾਈ ਇਹ ਸਭ ਕੰਮ ਨਾ ਕਰੋ। ਅੱਜ ਕੱਲ੍ਹ ਤਾਂ ਔਨਲਾਈਨ ਰਿਜ਼ਰਵੇਸ਼ਨ ਹੋ ਜਾਂਦੀ, ਪਲੀਜ਼। ਪਤਾ ਰੀਜ਼ਨ ਹੈ, ਕਿਉਂਕਿ ਉਹ ਜਿਹੜੇ ਪੈਸੇਂਜਰ ਨੇ, ਉਹ ਜਿਹਨਾਂ ਕੋਲ ਟਿਕਟਾਂ ਨਹੀਂ, ਉਹ ਬਾਥਰੂਮ ਦੇ ਅੱਗੇ ਬੈਠੇ ਨੇ, ਔਰ ਜਿਹੜਾ ਰਾਤੀ ਜਿਹਨਾਂ ਨੇ ਟਿਕਟਾਂ ਰਿਜ਼ਰਵੇਸ਼ਨ ਕਰਾਈਆਂ ਨੇ, ਉਹ ਬਾਥਰੂਮ ਦੇ ਅੱਗੇ ਕਿਵੇਂ ਜਾ ਸਕਦੇ ਨੇ, ਕੀ ਕਰ ਸਕਦੇ ਨੇ? ਤਾਂ ਦੇ ਆਰ ਫਾਈਨ। ਸੋ ਅਗਰ ਕੋਈ ਥੱਲੇ ਉਤਾਰ ਵੀ ਦਿੰਦਾ, ਪਲੀਜ਼ ਬੁਰਾ ਨਾ ਮੰਨੋ, ਰਿਜ਼ਰਵੇਸ਼ਨ ਕਰਾਓ। ਯੂ ਨੋ, ਮੇਰਾ ਤਾਂ ਇਹੀ ਸਾਰਿਆਂ ਨੂੰ ਕਹਿਣਾ ਕਿ ਜਿਹੜੇ ਹਾਦਸੇ ਤੋਂ ਕੁਲਦੀਪ ਗੁਜ਼ਰੇ ਨੇ, ਅਤੇ ਉਹ ਯਾਦ ਜਿਹੜੀ ਹਲੇ ਵੀ ਤਾਜ਼ਾ ਹੈ, ਅਤੇ ਉਹ ਨਾ ਤੁਹਾਨੂੰ ਗੁਜ਼ਰਨਾ ਪਵੇ। ਸੋ ਬਾਏ ਯੋਰ ਟਿਕਟ। ਸੋ ਟਿਕਟ ਬਾਏ ਕਰਨ ਤੋਂ ਇੱਕ ਮੈਨੂੰ ਗੱਲ ਯਾਦ ਆਈ ਹੈ, ਕੁਲਦੀਪ, ਲੇਕਿਨ ਕੋਟਾ ਦੇ ਉਹ ਬੜੇ ਮਸ਼ਹੂਰ ਸੀ ਪੇੜੇ। ਅੱਛਾ, ਤੇ ਲੈ ਕੇ ਜਦੋਂ ਖਵਾਓਗੇ ਤਾਂ ਪਤਾ ਚੱਲੇਗਾ ਪੇੜੇ, ਜਦੋਂ ਜਾਵਾਂਗੇ ਤਦੋਂ ਦੱਸਾਂਗੇ। ਹਾਂ, ਹੁਣ ਤਾਂ ਸੁਣਨ 'ਚ ਆਇਆ ਇੱਕ ਟ੍ਰੇਨ ਚੱਲਦੀ ਹੈ, ਮੈਂ ਰਿਸ਼ਤੇਦਾਰਾਂ ਤੋਂ ਸੁਣਿਆ ਕਿ ਇੱਕ ਜਿਹੜੀ ਟ੍ਰੇਨ ਚੱਲਦੀ ਹੈ, ਆਈ ਥਿੰਕ ਉਹ ਹਿੰਦੁਸਤਾਨ ਤੋਂ ਪਾਕਿਸਤਾਨ ਜਾਂਦੀ ਹੈ, ਔਰ ਉਹਦੇ ਵਿੱਚ ਉਹ ਜਿਹੜਾ ਉਹਨਾਂ ਦਾ ਖਾਣਾ ਹੈ ਜਾਂ ਜਿਹੜੀ ਉਹ ਫੈਸਿਲਿਟੀਜ਼ ਦਿੰਦੇ ਨੇ, ਲਾਈਕ ਇਟਸ ਲਾਈਕ ਅ 5-star ਹੋਟਲ, ਮੈਂ ਸੁਣਿਆ, ਮੈਂ ਕਦੀ ਮੈਂ ਵੇਖੀ ਨਹੀਂ, ਔਰ ਮੈਂ ਜਦੋਂ ਵੇਖਾਂਗੀ ਤਾਂ ਮੈਂ ਦੱਸਾਂਗੀ। ਕਹਿੰਦੇ ਨਾ ਕਈ ਵਾਰੀ ਐਸੀ ਟ੍ਰੇਨ ਸੁਣੀ ਜਿਹੜੀ ਰਾਜਸਥਾਨ ਤੋਂ ਚੱਲਦੀ ਹੈ, ਉਹ ਸਿਰਫ ਇੰਡੀਆ 'ਚ ਹੀ ਘੁੰਮਦੀ ਹੈ। ਕੁਲਦੀਪ ਨੇ ਇੰਨਾ ਸ਼ਾਹਰੁਖ ਖਾਨ, ਇੰਨਾ ਸ਼ਾਹਰੁਖ ਖਾਨ, ਇੰਨਾ ਸ਼ਾਹਰੁਖ ਖਾਨ ਕੀਤਾ ਕਿ ਮੈਨੂੰ ਇੰਨਾ ਅੱਛਾ ਲੱਗਣ ਲੱਗ ਪਿਆ। ਔਰ ਦੂਸਰੀ ਖਾਸੀਅਤ ਕੀ ਸੀ ਸ਼ਾਹਰੁਖ ਖਾਨ ਦੀ? ਹੀ ਇਜ਼ ਫਰੋਮ ਦਿੱਲੀ, ਹੀ ਇਜ਼ ਅ ਦਿੱਲੀ ਬੋਏ। ਤੇ ਮੈਂ ਕਿੱਥੋਂ ਦੀ ਆ? ਮੈਂ ਵੀ ਦਿੱਲੀ ਦੀ ਆ। ਤੇ ਲੋ ਜੀ, ਹੁਣ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਅਗਰ ਕਿਸੇ ਨੇ ਆਪਣੀ ਸਟੋਰੀ ਸਾਡੇ ਨਾਲ ਸਾਂਝੀ ਕਰਨੀ ਹੋਵੇ, ਸੋਰੀ ਤੁਹਾਡੇ ਕਾਲ ਮਿਸ ਹੋਏ ਨੇ, ਸਾਡੇ ਵਿੱਚ ਕਾਲ ਆ ਰਹੀ, ਜਦੋਂ ਕਾਲ ਆ ਰਹੀ ਸੀ ਤਦੋਂ ਵਿੱਚ ਕਾਲ ਵੱਜ ਰਹੀ ਸੀਗੀ, ਸੋ ਪਲੀਜ਼ ਅਗਰ ਤੁਸੀਂ ਸਾਨੂੰ ਕਾਲ ਦੁਬਾਰਾ ਕਰ ਸਕੋ ਤਾਂ ਨੰਬਰ ਹੈ 216-800-6988।
216-800-6988. ਇੱਕ ਛੋਟੀ ਜਿਹੀ ਬ੍ਰੇਕ ਲਈਏ, ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਅਸੀਂ ਫਿਰ ਆ ਕੇ ਮਿਲਨੇ ਆ. ਕੀਪ ਵਾਚਿੰਗ, ਜਸਟ ਚਿਲ, ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ. Taste of India welcomes you. Come and try mouth-watering delicious food. For more info, tasteofindianova.com. Welcome back to our show, Just Chill with Mr. and Mrs. Gill, and thank you very much to Taste of India for sponsoring this show. ਸਾਨੂੰ ਤੁਹਾਡੇ ਵਰਗੇ ਸਪੌਂਸਰ ਦੀ ਲੋੜ ਹੈ, ਬਿਕੋਜ਼ ਤੁਹਾਡੇ ਵਰਗੀ ਸਪੋਰਟ ਜੇ ਸਾਨੂੰ ਮਿਲੇਗੀ ਤੇ ਅਸੀਂ ਹੋਰ ਬਿਹਤਰੀਨ ਸ਼ੋਜ਼ ਔਰ ਬਿਹਤਰੀਨ ਔਰ ਕਮਿਊਨਿਟੀ ਲਈ ਜ਼ਿਆਦਾ ਸੇਵਾ ਕਰ ਸਕਦੇ ਹਾਂ. ਔਰ ਐਸੇ ਹੀ ਆਮ ਟੌਪਿਕ ਜਿਹੜੇ ਕਿ ਟੌਪਿਕ ਹੈ ਲੋਕਾਂ ਨੂੰ ਨਜ਼ਰ ਨਹੀਂ ਆਉਂਦੇ, ਔਰ ਤੁਹਾਡੇ ਨਾਲ ਅਸੀਂ ਡਿਸਕਸ ਕਰ ਸਕਾਂਗੇ, ਤੁਹਾਡੇ ਅਸੀਂ ਐਕਸਪੀਰੀਅੰਸ ਸ਼ੇਅਰ ਕਰ ਸਕਾਂਗੇ. ਮੈਂ ਆਪਣੀ ਇੱਕ ਹੋਰ, ਨਹੀਂ ਸੁਣ ਸੁਣ ਸੁਣ, ਮੈਂ ਨਾ ਤੈਨੂੰ ਇੱਕ ਜੋਕ ਸੁਣਾਉਣਾ ਬਹੁਤ ਵਧੀਆ, ਆਪਣੇ ਪੰਜਾਬੀ ਬੰਦਿਆਂ ਦਾ ਹੀ ਹੁੰਦਾ. ਓਕੇ, ਗੋ ਫੋਰ ਇਟ. ਪੰਜਾਬ 'ਚ ਪਾਣੀਪਤ 'ਤੇ, ਪਾਣੀਪਤ 'ਤੇ ਇੱਕ ਟ੍ਰੇਨ ਅੰਮ੍ਰਿਤਸਰ ਤੋਂ ਨਿਕਲਦੀ ਹੈ ਔਰ ਇੱਕ ਟ੍ਰੇਨ ਦਿੱਲੀਓਂ ਨਿਕਲਦੀ ਹੈ, ਔਰ ਦੋਵਾਂ ਦਾ ਨਾਂ ਇੱਕੋ ਹੀ ਹੈ, ਡੀਲਕਸ. ਅਤੇ ਉਹ ਪਾਣੀਪਤ ਦੇ ਕੋਲ ਆ ਕੇ ਦੋਵੇਂ ਇੱਕੋ ਟਾਈਮ 'ਤੇ ਖੜ ਜਾਂਦੀਆਂ ਨੇ. ਓਕੇ, ਅਤੇ ਇੱਕ ਬੰਦਾ ਭੱਜ ਕੇ ਆਇਆ, ਕਹਿੰਦਾ ਉਹ ਡੀਲਕਸ ਕਿਤੇ, ਕਹਿੰਦਾ 3 ਨੰਬਰ 'ਤੇ ਖੜੀ ਆ. ਉਹ ਭੱਜ ਕੇ ਆਇਆ, ਉਹਨੇ ਦੇਖਿਆ ਆਪਣਾ ਡੱਬਾ, ਆਪਣੀ ਸੀਟ ਦੇਖੀ, ਉੱਪਰ ਜਾ ਕੇ ਬਹਿ ਗਿਆ ਅਤੇ ਲੇਟਿਆ ਸੀਗਾ ਥੋੜ੍ਹੀ ਦੇਰ, ਬਟ ਟ੍ਰੇਨ ਚੱਲੀ. ਅੱਧਾ ਘੰਟਾ ਆਇਆ ਅਤੇ ਉਹਨੇ ਉੱਪਰ ਜਾ ਕੇ ਥੱਲੇ ਦੇਖਿਆ, ਕਹਿੰਦਾ ਭਾਅ ਜੀ ਕਿੱਥੇ ਚੱਲੇ? ਕਹਿੰਦਾ ਥੱਲੇ ਵਾਲਾ, ਕਹਿੰਦਾ ਜਲੰਧਰ. ਕਹਿੰਦਾ ਤੁਸੀਂ? ਕਹਿੰਦਾ ਮੈਂ ਦਿੱਲੀ. ਕਹਿੰਦਾ ਵਾਹ ਮਹਾਰਾਜ ਤੇਰੀ ਕੁਦਰਤ, ਥੱਲੇ ਵਾਲੇ ਜਲੰਧਰ ਜਾ ਰਹੇ ਨੇ, ਉੱਪਰ ਵਾਲੇ ਦਿੱਲੀ. ਸੋ ਇੰਨੀ ਸਿੰਪਲ ਕੌਮ ਹੈ ਸਾਡੀ, ਔਰ ਇੰਨੇ ਸਿੰਪਲ ਲੋਕ ਨੇ, ਮਤਲਬ ਕਿ ਪੁੱਛਦੇ ਦੇਖਦੇ ਵੀ ਨਹੀਂ ਔਰ ਆਪਣਾ ਚੱਕ ਦੋ ਫੱਟੇ. ਲਓ ਜੀ, ਹੁਣ ਮੈਂ ਤਾਂ ਦੱਸੀ ਕਿ ਤਾਂ ਪੁਰਾਣੀ ਸਟੋਰੀ ਦੱਸੀ ਜੀ ਮੇਰੀ ਚਾਈਲਡਹੁੱਡ ਦੀ, ਹੁਣ ਮੈਂ ਦੱਸਦੀ ਹਾਂ 2014 ਦੀ ਸਟੋਰੀ, ਜਦੋਂ ਜੀ ਅਸੀਂ ਸਾਰੀਆਂ ਭੈਣਾਂ ਅਸੀਂ ਇੰਡੀਆ 'ਚ ਗਈਆਂ ਅਤੇ ਦਿੱਲੀ ਦੇ ਵਿੱਚ ਇੱਕ ਬੜੀ ਸੋਹਣੀ ਟ੍ਰੇਨ ਸ਼ੁਰੂ ਕੀਤੀ ਹੈ ਮੈਟਰੋ, ਜਿਹੜੀ ਕਿ ਬਿਲਕੁਲ ਅਮੈਰੀਕਨ ਸਟਾਈਲ ਨਾਲ ਟਿਕਟਾਂ ਮਿਲਦੀਆਂ ਨੇ ਔਰ ਬਹੁਤ ਕਲੀਨ ਔਰ ਨੀਟ ਔਰ ਫਾਸਟ. ਵੈਸੇ ਮੈਟਰੋ ਨੇ ਦਿੱਲੀ 'ਚ ਸਫ਼ਰ ਬੜਾ ਫਾਸਟ ਕਰਦਾ ਹੈ. ਯੈਸ, ਕਿਉਂਕਿ ਮੈਂ ਬੰਬੇ ਦਾ ਰਹਿਣ ਵਾਲਾ ਔਰ ਬੰਬੇ 'ਚ ਲੋਕਲ ਟ੍ਰੇਨ ਨਾ ਹੋਵੇ ਤਾਂ ਬੰਬੇ ਰੁਕ ਜਾਵੇ. ਦਿੱਲੀ ਤੋਂ ਥੋੜ੍ਹਾ ਸਾਨੂੰ ਇਸੇ ਕਰਕੇ ਡਰ ਲੱਗਦਾ ਸੀਗਾ ਕਿ ਟ੍ਰੈਫਿਕ ਬਹੁਤ ਹੈ, ਲੇਕਿਨ ਮੈਟਰੋ ਨੇ. ਹੁਣ ਮੈਨੂੰ ਗੱਲ ਕਰ ਲੈਂਦੋ, ਹੁਣ ਅਸੀਂ ਜੀ ਅਸੀਂ ਟ੍ਰੇਨ 'ਚ ਅਸੀਂ ਟਿਕਟ ਲਿੱਤੀ ਉਹੀ ਇਲੈਕਟ੍ਰੋਨਿਕ ਸਿਸਟਮ ਕ੍ਰੈਡਿਟ ਕਾਰਡ ਨਾਲ ਅਤੇ ਅਸੀਂ ਚੱਲ ਪਈਆਂ ਅਤੇ ਇਹਨਾਂ 'ਚ ਮੈਂ, ਸੋਨੀ ਔਰ ਪਿੰਕੀ ਐਂਡ ਰਿਤੂ. ਇੱਕ ਕਿੱਸਾ ਤਾਂ ਮੈਂ ਔਰ ਸੋਨੀ ਦਾ, ਮੈਂ ਸੋਨੀ ਔਰ ਪਿੰਕੀ ਦਾ ਪਹਿਲਾਂ ਉਸ ਸ਼ੇਅਰ ਕਰਦੀ ਕਿਉਂਕਿ ਬਹੁਤ ਫਨੀ ਹੈ ਔਰ ਸਾਰੀ ਜ਼ਿੰਦਗੀ ਸਾਨੂੰ ਯਾਦ ਰਹੇਗਾ. ਹੋਪ ਮੇਰੀ ਸਿਸਟਰ ਇਹ ਸੁਣ ਰਹੀ ਹੋਏਗੀ, ਸ਼ੀ ਇਜ਼ ਗੋਨਾ ਕਿਲ ਮੀ. ਅਤੇ ਅਸੀਂ ਜੀ ਉਹਨੂੰ ਪਿਆਰ ਨਾਲ, ਉਹਨੇ ਆਪਣਾ ਨਾਮ ਰੱਖਿਆ ਹੈਗਾ ਜੀ ਐਨ ਵਾਈ ਡੌਨ, ਠੀਕ ਹੈ. ਔਰ ਅਗਰ ਉਹਦੀ ਹੈਲਥ ਔਰ ਸਿਹਤ ਵੇਖੋ ਤਾਂ ਉਹ ਬਿਲਕੁਲ ਡੌਨ ਕਿਤੋਂ ਆਸੋ ਪਾਸੋ ਨਹੀਂ ਹੈ, ਛੋਟਾ ਡੌਨ, ਛੋਟਾ ਡੌਨ, ਠੀਕ ਹੈ. ਐਨੀਵੇਜ਼, ਅਤੇ ਅਸੀਂ ਟ੍ਰੇਨ ਫਟਾਫਟ ਕਿਹਾ ਅਸੀਂ ਉਹ ਆ ਗਈ ਕਿਉਂਕਿ ਉਹ ਟ੍ਰੇਨ ਬਿਲਕੁਲ ਅਮੈਰੀਕਨ ਸਿਸਟਮ ਹੈ, ਉਹਨਾਂ ਦੇ ਟਾਈਮ 'ਤੇ ਚੱਲਣਾ ਔਰ ਟਾਈਮ 'ਤੇ ਉਹਨਾਂ ਨੇ ਰੁਕਣਾ ਔਰ ਇਹਦੇ ਡੋਰ ਵੀ ਆਟੋਮੈਟਿਕ ਨੇ ਜਿਵੇਂ ਅਮੈਰੀਕਨ ਨੇ. ਅਤੇ ਸਾਡੇ ਦਿਮਾਗ 'ਚ ਉਹੀ ਸੇਮ ਇੰਡੀਆ ਜੀ, ਪੁਰਾਣਾ ਇੰਡੀਆ ਹੈ ਨਾ. ਅਤੇ ਅਸੀਂ ਭੱਜ ਕੇ, ਅਸੀਂ ਭੱਜ ਰਹੀ ਹਾਂ ਟ੍ਰੇਨ ਦੇ ਪਿੱਛੇ ਕਿ ਟ੍ਰੇਨ ਰੁਕੇਗੀ ਔਰ ਉਹਨੇ ਸਿਰਫ 2 ਮਿੰਟ ਰੁਕਣਾ ਔਰ ਅਸੀਂ ਫਟਾਫਟ ਚੜ੍ਹ ਜਾਣਾ. ਪਹਿਲਾਂ ਉਤਰਨ ਵਾਲੇ ਉਤਰਦੇ ਨੇ, ਫਿਰ ਚੜ੍ਹਨ ਵਾਲੇ ਚੜ੍ਹਦੇ ਆ. ਸੈਕਿੰਡਸ ਦਾ ਕੰਮ ਹੁੰਦਾ ਤੇ ਯਾ. ਲੇਕਿਨ ਅਸੀਂ ਗਏ, ਅਸੀਂ ਮੈਂ ਔਰ ਫਟਾਫਟ ਅਸੀਂ ਭੱਜ ਰਹੀ ਹਾਂ ਅਸੀਂ, ਤਾਂ ਸਾਨੂੰ ਲੱਗਿਆ ਸਾਡੀ ਸਿਸਟਰ ਵੀ ਸਾਡੇ ਨਾਲ ਹੀ ਭੱਜ ਰਹੀ ਹੈ, ਪਿੰਕੀ. ਮੈਂ ਔਰ ਸੋਨੀ ਭੱਜ ਰਹੀ ਹਾਂ ਅਤੇ ਅਸੀਂ ਫਟਾਫਟ ਟ੍ਰੇਨ ਦੇ ਵਿੱਚੋਂ ਅੰਦਰ ਵੜ ਗਈਆਂ. ਇਹਨੇ 'ਚ ਦੇਖਿਆ ਕਿ ਕੋਈ ਭੱਜ ਆ ਰਿਹਾ ਸੀ, ਕਲੀਅਰ ਗਲਾਸ ਡੋਰ ਹੁੰਦਾ ਮੈਟਰੋ ਦਾ ਜਿਵੇਂ ਇੱਥੇ ਦੀਆਂ ਨੇ, ਅਤੇ ਇੰਨੇ 'ਚ ਉਹਨੇ ਨਾ ਆਪਣਾ ਹੱਥ ਵਿੱਚ ਬੂਹੇ 'ਚ ਦਿੱਤਾ ਅਤੇ ਉਹਦੇ ਸਮਹਾਓ ਜਦੋਂ ਬੰਦ ਨਹੀਂ ਨਾ ਹੋਇਆ ਅਤੇ ਉਹਦਾ ਹੱਥ ਜਦੋਂ ਜਿਵੇਂ ਉਹਨੂੰ ਫੀਲ ਹੋਇਆ ਕਿ ਟਾਈਟ ਹੋਇਆ, ਉਹਨਾਂ ਨੇ ਬਾਹਰ ਕੱਢ ਲਿਆ ਅਤੇ ਟ੍ਰੇਨ ਚਲੀ ਗਈ. ਅਤੇ ਅਸੀਂ ਪੂਰੇ ਰਸਤੇ ਸੋਚਿਆ ਕਿ ਸ਼ਾਇਦ ਹੱਥ ਦੇ ਕੇ ਮੈਂ ਬੂਹਾ, ਹਾਂ ਬੁਲਾ ਬੂਹਾ ਖੁੱਲ ਜਾਏਗਾ, ਲੇਕਿਨ ਥੋੜ੍ਹੀ ਰੋਕ ਸਕਦੀ. ਯਾ, ਅਤੇ ਉਹ ਖੁੱਲੇ ਨਹੀਂ. ਐਨੀਵੇਜ਼, ਉਹਦੇ ਸਮਹਾਓ ਉਹਦੀ ਕਾਫੀ ਉਹਦੇ ਹੱਥ 'ਤੇ ਸਕੂਈਜ਼ ਵੀ ਹੋਇਆ, ਸੱਟ ਵੀ ਵੱਜੀ, ਤਾਂ ਇਹ ਰੀਜ਼ਨ ਸ਼ਾਇਦ ਉਹਨੇ ਬਾਹਰ ਕੱਢ ਲਿਆ. ਅਤੇ ਅਗਲੇ ਸਟੇਸ਼ਨ 'ਤੇ ਉਤਰ ਗਈਆਂ ਕਿ ਚੱਲ ਸ਼ਾਇਦ ਇੱਥੇ ਆ ਜਾਏਗੀ. ਸੋ ਜਿਵੇਂ ਤਿਵੇਂ ਅਸੀਂ ਪਹੁੰਚ ਗਈਆਂ ਇਕੱਠੀਆਂ ਹੋਈਆਂ, ਅਤੇ ਮੈਂ ਔਰ ਮੇਰੀ ਜਿਹੜੀ ਮਿਡਲ ਸਿਸਟਰ ਹੈ ਸੋਨੀ, ਮੈਂ ਮੋਨੀ, ਅਤੇ ਅਸੀਂ ਦੋਨੋਂ ਆਪਸ 'ਚ ਹੱਸਦੀਆਂ ਰਹੀਆਂ. ਅਤੇ ਅਸੀਂ ਪਹਿਲਾਂ ਪੁੱਛਿਆ ਵੀ ਤੇਰਾ ਹੱਥ ਠੀਕ ਹੈ? ਸਾਨੂੰ ਫਿਕਰ ਸੀ ਉਹਦੇ ਹੱਥ ਦੀ ਕਿ ਸੁਣਨ 'ਚ ਟ੍ਰੇਨ ਵਾਲੇ ਲੋਕ ਕਹਿ ਰਹੇ ਸੀ ਅਰੇ ਇਹ ਤਾਂ ਦਰਵਾਜ਼ੇ ਇਤਨੇ ਟਾਈਟ ਹੈ, ਇਹ ਤਾਂ ਬੰਦ ਹੋ ਜਾਂਦੇ ਹੈ, ਹੱਥ ਕੱਟ ਜਾਂਦੇ ਹੈ, ਇਹ ਹੈ ਵੋ ਹੈ. ਅਤੇ ਅਸੀਂ ਜਦੋਂ ਸਭ ਤੋਂ ਪਹਿਲਾਂ ਸਾਨੂੰ ਨਜ਼ਰ ਆਈ ਤਾਂ ਸਭ ਤੋਂ ਪਹਿਲਾਂ ਅਸੀਂ ਉਹਦਾ ਹੱਥ ਵੇਖੀਏ, ਤੇਰਾ ਹੱਥ ਠੀਕ ਹੈ? ਤੇਰਾ ਹੱਥ ਵੀ ਠੀਕ ਹੈ? ਹੱਥ ਵੇਖਿਆ ਤਾਂ ਅਸੀਂ ਕਿਹਾ ਅੱਜ ਤਾਂ ਐਨ ਵਾਈ ਡੌਨ ਨੇ ਟੁੰਡਾ ਡੌਨ ਬਣ ਜਾਣਾ ਸੀ ਜੇ ਅੱਜ ਹੱਥ ਨਾ ਰਹਿੰਦਾ. ਅਤੇ ਉਹ ਜੋਕ ਅਸੀਂ ਪੂਰੇ ਟਾਈਮ ਅਸੀਂ ਕਰਦੇ ਰਹੇ ਅਤੇ ਇੰਨੇ 'ਚ ਉਹ ਪਿਸਡ ਆਫ ਹੋ ਗਈ, ਕਹਿੰਦੀ ਖਬਰਦਾਰ ਮੈਂ ਤੁਹਾਡੇ ਤੋਂ ਵੱਡੀ ਭੈਣ ਆ ਅਗਰ ਮੈਨੂੰ ਟੁੰਡਾ ਡੌਨ ਕਿਹਾ ਤਾਂ.
ਸੋ ਇੱਕ ਆਹ ਹਾਦਸਾ ਸੀਗਾ ਕਿ ਅੱਜ ਕੱਲ੍ਹ ਦੀ ਟ੍ਰੇਨ ਹੁਣ ਅੱਜ ਕੱਲ੍ਹ ਇੰਨੀ ਤਰੱਕੀ ਕਰ ਗਿਆ ਇੰਡੀਆ ਦਿੱਲੀ, ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਹੁਣ ਮੈਂ ਜਿੰਨੀ ਵੀ ਟਰੈਵਲਿੰਗ ਕਰਦੀ ਹਾਂ ਉਹ ਮੈਂ ਮੈਟਰੋ 'ਤੇ ਕਰਦੀ ਹਾਂ, ਇਟਸ ਵੈਰੀ ਸੇਫ। ਔਰ ਅੱਛੀ ਗੱਲ ਇਹ ਕਿ ਉੱਥੇ ਵੂਮੈਨ ਕੰਪਾਰਟਮੈਂਟ ਹੈਗੀ ਹੈ ਜਿੱਥੇ ਬੰਦੇ ਅਲਾਊਡ ਨਹੀਂ ਹੈ, ਔਰ ਅਸੀਂ ਉਹਦੇ 'ਚ ਵੀ ਸਵਾਰੀ ਕਰ ਸਕਦੇ ਹਾਂ। ਵੂਮੈਨ ਤਾਂ ਮੈਂ ਤੁਹਾਨੂੰ ਦੱਸਾਂ, ਬੰਬੇ ਟ੍ਰੇਨਾਂ 'ਚ ਲੋਕਲ ਟ੍ਰੇਨ ਚੱਲਦੀ ਹੈ, ਹਾਂ, ਅਗਲੇ ਦੋ ਡੱਬੇ ਜਿਹੜੇ ਨੇ ਉਹ ਵੂਮੈਨਸ ਦੇ ਹੁੰਦੇ ਨੇ। ਓ ਅਤੇ ਮੈਂ ਔਰ ਮੇਰਾ ਕਜ਼ਨ ਮਾਸੀ ਦਾ ਮੁੰਡਾ ਅਸੀਂ ਭੱਜਦੇ ਆ ਰਹੇ ਸੀਗੇ ਟ੍ਰੇਨ ਫੜਨ ਲਈ, ਚਰਚ ਗੇਟ ਤੋਂ ਟ੍ਰੇਨ ਚੱਲਣੀ ਸੀ ਤਾਂ ਅਸੀਂ ਭੱਜ ਕੇ ਡੱਬੇ 'ਚ ਵੜ ਗਏ। ਜਦੋਂ ਅਸੀਂ ਦੋਵੇਂ ਅੰਦਰ ਗਏ ਤਾਂ ਜਨਾਨੀਆਂ ਦਾ ਡੱਬਾ ਚਿੱਤਰ ਤਾਂ ਨਹੀਂ ਪਏ, ਬਸ ਬਚ ਗਏ। ਜਿਵੇਂ ਅੰਦਰ ਗਏ ਉਹ ਸੋਚਣ ਅਸੀਂ ਜਾਣ ਕੇ ਛੱਡ ਗਏ ਵਿੱਚ, ਅਸੀਂ ਹੱਥ ਜੋੜੀਆ ਸੀਗਾ, ਨਹੀਂ ਨਹੀਂ ਆਹ ਦੇਖੋ ਸਾਡੀ ਕਾਲਜ ਦੀ ਆਈਡੀਆ ਦੇਖ ਲਓ, ਅਸੀਂ ਇਹੋ ਜਿਹੇ ਨਹੀਂ ਹੈਗੇ। ਤਾਂ ਇੱਕ ਜਨਾਨੀ ਨੇ ਸੇਵ ਕੀਤਾ, ਕਹਿੰਦੀ ਕੋਈ ਕੋਈ ਗੱਲ ਨਹੀਂ ਮੇਰੇ ਨਾਲ ਬੈਠਾ ਰਹੇ। ਅਤੇ ਇੰਨੇ 'ਚ ਟੀ ਸੀ ਆਇਆ ਅਤੇ ਉਹਨੇ ਦੇਖਿਆ ਕਿ ਅਸੀਂ ਮੁੰਡੇ ਜਨਾਨੀਆਂ ਦੇ ਡੱਬੇ 'ਚ ਬੈਠੇ। ਅਤੇ ਉਹ ਕਹਿੰਦਾ ਕਿ ਯੂ ਨੋ ਵਟ, ਉਹ ਕਹਿੰਦੀ ਮੇਰੇ ਬੱਚੇ ਨੇ, ਮੇਰੀ ਹੈਲਥ ਠੀਕ ਨਹੀਂ ਸੀ ਇਸ ਕਰਕੇ ਮੇਰੇ ਨਾਲ ਬੈਠੇ। ਸੋ ਅੱਛੇ ਲੋਕ ਵੀ ਹੈਗੇ ਨੇ, ਅਫਕੋਰਸ। ਅੱਛਾ ਹੁਣ ਆਪਾਂ ਇੰਨੇ ਅੱਛੇ ਅੱਛੇ ਕਰਦੇ ਕਰਦੇ ਸਾਡਾ ਪ੍ਰੋਗਰਾਮ ਪਤਾ ਚੱਲਿਆ ਇੰਨਾ ਲੰਬਾ ਨਿਕਲ ਗਿਆ, ਅਤੇ ਆਪਾਂ ਲੈਂਦੇ ਹਾਂ ਜੀ ਇਸ ਪ੍ਰੋਗਰਾਮ ਤੋਂ ਛੁੱਟੀ। ਅਸੀਂ ਤਾਂ ਬਹੁਤ ਸਾਰਾ ਚਿਲ ਕਰ ਲਿੱਤਾ ਤੁਹਾਡੇ ਨਾਲ, ਅਤੇ ਇਹ ਪ੍ਰੋਗਰਾਮ ਅਗੇਨ ਦੱਸ ਦਈਏ ਸਪੋਂਸਰਡ ਬਾਏ ਟੇਸਟ ਆਫ ਇੰਡੀਆ ਗੇਨਸ ਵਿਲ। ਸੋ ਚਾਏ ਉਹਨਾਂ ਦਾ ਫੂਡ ਟਰਾਈ ਕਰੋ ਔਰ ਦੱਸਣਾ ਸਾਨੂੰ, ਫੀਡਬੈਕ ਦੇਣਾ। ਅਤੇ ਮੋਨੀ ਗਿੱਲ ਵੱਲੋਂ ਐਂਡ ਕੁਲਦੀਪ ਵੱਲੋਂ ਸਤਿ ਸ਼੍ਰੀ ਅਕਾਲ, ਰੱਬ ਰਾਖਾ, ਸਤਿ ਸ਼੍ਰੀ ਅਕਾਲ।